ਹਾਂਜੀ, ਕੀ ਹਾਲ ਨੇ ਜੀ ਸਾਰਿਆਂ ਦੇ? ਉਮੀਦ ਕਰਦਾ ਕਿ ਸਾਰੇ ਬਹੁਤ ਵਧੀਆ ਹੋਣਗੇ ਔਰ ਤਿਆਰੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ। ਮੈਂ ਲਖਵਿੰਦਰ ਰੇਸ ਅਕੈਡਮੀ ਦੇ ਔਨਲਾਈਨ ਪਲੇਟਫਾਰਮ 'ਤੇ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਕਰਦਾ। ਤਾਂ ਜਿਵੇਂ ਕਿ ਤੁਹਾਨੂੰ ਪਤਾ ਕਿ ਆਪਾਂ 6th ਪਾਰਟ ਤੱਕ ਪਹੁੰਚ ਚੁੱਕੇ ਹਾਂ, ਤਾਂ ਅੱਜ 6ਵੇਂ ਪਾਰਟ ਦਾ ਸਾਡਾ ਸਟੇਟ ਲੈਜਿਸਲੇਚਰ ਦਾ ਅਗਲਾ ਟੋਪਿਕ ਹੋਊਗਾ, ਜਿਹ 'ਚ ਆਪਾਂ ਸਟੇਟ ਅਸੈਂਬਲੀ ਅਤੇ ਸਟੇਟ ਕਾਊਂਸਲ ਦੀ ਗੱਲ ਕਰਾਂਗੇ, ਜਿਹ 'ਚ ਆਪਾਂ ਦੇਖਾਂਗੇ ਕਿ ਸਟੇਟ ਅਸੈਂਬਲੀ ਦੇ ਮੈਕਸੀਮਮ ਮੈਂਬਰ ਕਿੰਨੇ ਚਾਹੀਦੇ ਹੁੰਦੇ ਆ, ਮਿਨੀਮਮ ਕਿੰਨੇ ਚਾਹੀਦੇ ਹੁੰਦੇ ਆ, ਕਾਊਂਸਲ ਵਾਸਤੇ ਕੀ ਜ਼ਰੂਰੀ ਆ, ਕਾਊਂਸਲ ਕਿਵੇਂ ਵਰਕ ਕਰਦੀ ਆ, ਅਸੈਂਬਲੀ ਕਿਵੇਂ ਵਰਕ ਕਰਦੀ ਆ, ਉਹ ਸਭ ਚੀਜ਼ਾਂ ਆਪਾਂ ਅੱਜ ਦੀ ਕਲਾਸ ਦੇ ਵਿੱਚ ਦੇਖਣੀਆਂ ਹੈਗੀਆਂ। ਠੀਕ ਹੈ ਜੀ, ਤਾਂ ਸਟਾਰਟ ਕਰਦੇ ਹਾਂ ਬਿਨਾਂ ਕਿਸੇ ਟਾਈਮ ਨੂੰ ਖਰਾਬ ਕੀਤੇ ਪਹਿਲੇ ਕੁਐਸਚਨ ਤੋਂ। ਤਾਂ ਆ ਸੇ ਤੁਹਾਡੇ ਸਾਹਮਣੇ ਪਹਿਲਾ ਕੁਐਸਚਨ, ਕਰ ਦਿਓ ਫਿਰ ਸੋਲਵ। ਬਹੁਤ ਈਜ਼ੀ ਕੁਐਸਚਨ ਆ ਪਹਿਲਾਂ। ਕਹਿੰਦੇ ਵਿਚ ਇਜ਼ ਦੀ ਅਪਰ ਚੈਂਬਰ ਆਫ ਦੀ ਸਟੇਟ ਲੈਜਿਸਲੇਚਰ ਇਨ ਇੰਡੀਆ। ਭਾਰਤ ਵਿੱਚ ਰਾਜ ਵਿਧਾਨ ਸਭਾ ਦਾ ਉੱਪਰਲਾ ਚੈਂਬਰ ਕਿਹਨੂੰ ਕਿਹਾ ਜਾਂਦਾ, ਜਾਂ ਉੱਪਰਲਾ ਸਦਨ ਜਿਹੜਾ ਹੈ ਉਹ ਕਿਹਨੂੰ ਕਿਹਾ ਜਾਂਦਾ? ਤਾਂ ਧਿਆਨ ਦਿਓ ਇੱਧਰ ਸਭ ਜਣੇ, ਆਪਾਂ ਪੜ੍ਹਦੇ ਹੁੰਦੇ ਹਾਂ ਸੈਂਟਰ ਲੈਵਲ 'ਤੇ, ਸੈਂਟਰ ਲੈਵਲ 'ਤੇ ਇੱਕ ਹੁੰਦਾ ਲੋਕ ਸਭਾ, ਇੱਕ ਹੁੰਦੀ ਆ ਰਾਜ ਸਭਾ। ਸੈਂਟਰ ਲੈਵਲ 'ਤੇ ਲੋਕ ਸਭਾ ਅਤੇ ਰਾਜ ਸਭਾ, ਸਟੇਟ ਲੈਵਲ 'ਤੇ ਇੱਕ ਅਸੈਂਬਲੀ ਅਤੇ ਇੱਕ ਹੁੰਦੀ ਆ ਕਾਊਂਸਲ, ਇੱਕ ਅਸੈਂਬਲੀ ਅਤੇ ਇੱਕ ਹੁੰਦੀ ਆ ਕਾਊਂਸਲ ਹੁੰਦੀ ਹੈ। ਠੀਕ ਹੈ ਜੀ, ਹੁਣ ਤੁਸੀਂ ਇਹ ਮੰਨ ਸਕਦੇ ਹੋ ਕਿ ਲੋਕ ਸਭਾ ਨੂੰ ਤੁਸੀਂ ਸਟੇਟ ਦੀ ਅਸੈਂਬਲੀ ਮੰਨ ਲਿਆ ਕਰੋ, ਰਾਜ ਸਭਾ ਨੂੰ ਤੁਸੀਂ ਸਟੇਟ ਦੀ ਕਾਊਂਸਲ ਮੰਨ ਲਿਆ ਕਰੋ, ਸੇਮ ਐਜ਼ ਸੇਮ ਡਿਟੋ ਕਾਪੀ ਚੱਲਦੀ ਹੁੰਦੀ ਹੈ। ਠੀਕ ਹੈ ਜੀ, ਹੁਣ ਲੋਕ ਸਭਾ ਦੇ ਆਪਾਂ ਹੋਰ ਨਾਮ ਕਿਹੜੇ ਕਿਹੜੇ ਬੋਲਦੇ ਹੁੰਦੇ ਹਾਂ? ਇਹਨੂੰ ਆਪਾਂ ਲੋਅਰ ਹਾਊਸ ਬੋਲਦੇ ਹਾਂ, ਹਾਊਸ ਆਫ ਪੀਪਲ ਬੋਲਦੇ ਹਾਂ, ਟੈਂਪਰਰੀ ਹਾਊਸ ਬੋਲਦੇ ਹਾਂ, ਉਵੇਂ ਹੀ ਸਾਰੇ ਨਾਮ ਕੀ ਦੇ ਅਸੈਂਬਲੀ ਦੇ, ਇਹਨੂੰ ਆਪਾਂ ਲੋਅਰ ਹਾਊਸ ਬੋਲ ਦਿੰਦੇ ਹਾਂ, ਫਸਟ ਹਾਊਸ ਬੋਲ ਦਿੰਦੇ ਹਾਂ, ਟੈਂਪਰਰੀ ਸੋਰੀ ਪਰਮਾਨੈਂਟ ਹਾਊਸ ਬੋਲਦੇ ਸੋਰੀ ਅਸੈਂਬਲੀ ਦੇ ਅਸੈਂਬਲੀ ਨੂੰ, ਅਸੈਂਬਲੀ ਨੂੰ ਆਪਾਂ ਟੈਂਪਰਰੀ ਹਾਊਸ ਅਤੇ ਫਸਟ ਹਾਊਸ ਬੋਲ ਦਿੰਦੇ ਹਾਂ। ਫਿਰ ਕਾਊਂਸਲ ਦੀ ਜਦੋਂ ਆਪਾਂ ਗੱਲ ਕਰੀਏ ਤਾਂ ਰਾਜ ਸਭਾ ਵਾਲਾ ਸੇਮ ਸੀਨ ਆਉਂਦਾ, ਰਾਜ ਸਭਾ ਨੂੰ ਆਪਾਂ ਕਿਹੜਾ ਹਾਊਸ ਬੋਲਦੇ ਹਾਂ? ਅਪਰ ਹਾਊਸ, ਪਰਮਾਨੈਂਟ ਹਾਊਸ ਬੋਲ ਦਿੰਦੇ ਹੈਗੇ ਆ। ਠੀਕ ਹੈ ਭਾਈ, ਓਕੇ ਡਨ। ਤਾਂ ਉਸੇ ਤਰੀਕੇ ਨਾਲ ਕਾਊਂਸਲ ਕੀ ਹੋ ਜੂਗੀ ਸਾਡੀ? ਸੈਕਿੰਡ ਹਾਊਸ ਹੋ ਜੂਗਾ, ਪਰਮਾਨੈਂਟ ਹਾਊਸ ਹੋ ਜੂਗਾ, ਔਰ ਆਲਸੋ ਆਪਾਂ ਇਹਨੂੰ ਕੀ ਬੋਲ ਦਿੰਦੇ ਹਾਂ? ਵਿਧਾਨ ਪਰਿਸ਼ਦ ਬੋਲ ਦਿੰਦੇ ਹਾਂ। ਕੀ ਬੋਲ ਦਿੰਦੇ ਹਾਂ? ਵਿਧਾਨ ਪਰਿਸ਼ਦ ਬੋਲ ਦਿੰਦੇ ਹਾਂ। ਕਲੀਅਰ ਹੋ ਗਿਆ ਕਨਸੈਪਟ? ਤਾਂ ਹੁਣ ਸੋਲਵ ਕਰ ਦਿਓ। ਕਹਿੰਦੇ ਸਟੇਟ ਲੈਜਿਸਲੇਚਰ ਦਾ ਅਪਰ ਚੈਂਬਰ ਕਿਹਨੂੰ ਕਿਹਾ ਜਾਂਦਾ? ਤਾਂ ਕਿਹਨੂੰ ਕਿਹਾ ਜਾਂਦਾ? ਸਟੇਟ ਲੈਜਿਸਲੇਟਿਵ ਕਾਊਂਸਲ ਨੂੰ ਕਿਹਾ ਜਾਂਦਾ ਹੈ। ਜੇ ਲੋਅਰ ਹਾਊਸ ਪੁੱਛੇ ਤਾਂ ਫਿਰ ਕੀ ਆਉਂਦਾ ਹੁੰਦਾ? ਅਸੈਂਬਲੀ ਆਉਂਦਾ ਹੁੰਦਾ। ਓਕੇ ਡਨ। ਛੋਟਾ ਜਿਹਾ ਸਿੰਪਲ ਜਿਹਾ ਕੁਐਸਚਨ ਆ, ਬਟ ਗਲਤੀ ਜ਼ਰੂਰ ਹੁੰਦੀ ਆ ਹਮੇਸ਼ਾ ਹੀ ਆਪਣੇ ਤੋਂ, ਆਪਾਂ ਅਪਰ ਅਤੇ ਲੋਅਰ ਹਾਊਸ 'ਚ ਹੀ ਉਲਝ ਜਾਂਦੇ ਹਾਂ। ਯਾਦ ਕਿਵੇਂ ਰੱਖਿਆ ਕਰੋ ਕਿ ਰਾਜਾ ਹਮੇਸ਼ਾ ਕੀ ਹੋਊਗਾ? ਉੱਪਰ। ਰਾਜਾ ਹਮੇਸ਼ਾ ਕੀ ਹੁੰਦਾ? ਉੱਪਰ ਹੁੰਦਾ। ਲੋਕ ਕੀ ਹੁੰਦੇ? ਨੀਵੇਂ। ਤਾਂ ਰਾਜੇ ਤੋਂ ਕੀ ਹੋ ਜੂਗਾ? ਰਾਜ ਸਭਾ ਉੱਪਰ ਹੋਊਗੀ। ਰਾਜ ਸਭਾ ਆਪਾਂ ਕਿਹਨੂੰ ਬੋਲ ਦਿੰਦੇ ਹਾਂ? ਆਪਣੀ ਵਿਧਾਨ ਪਰਿਸ਼ਦ ਨੂੰ ਬੋਲ ਦਿੰਦੇ ਹਾਂ। ਠੀਕ ਹੈ ਭਾਈ, ਕਲੀਅਰ? ਸੌਖਾ ਜਿਹਾ ਕੁਐਸਚਨ ਸੀਗਾ, ਹੋ ਗਿਆ ਹੋਊਗਾ ਸਭ ਦਾ ਸੋਲਵ। ਚਲੋ ਜੀ, ਕੁਐਸਚਨ ਨੰਬਰ ਸੈਕਿੰਡ। ਇੰਨਾ ਇੰਪੋਰਟੈਂਟ ਕੁਐਸਚਨ ਆ ਔਰ ਸਟੂਡੈਂਟਾਂ ਤੋਂ ਬਹੁਤ ਜ਼ਿਆਦਾ ਇਸ ਕੁਐਸਚਨ ਦੇ ਵਿੱਚ ਗਲਤੀ ਹੁੰਦੀ ਆ। ਕਹਿੰਦੇ ਵਿਚ ਵਨ ਆਫ ਦੀ ਫਾਲੋਇੰਗ ਇਜ਼ ਦਾ ਪੀਰੀਅਡ ਫੋਰ ਦੀ ਲੈਜਿਸਲੇਟਿਵ ਕਾਊਂਸਲ ਟੂ ਡਿਟੇਨ ਦਾ ਆਰਡਨਰੀ ਬਿੱਲ। ਹੁਣ ਦੇਖੋ, ਇੱਧਰ ਧਿਆਨ ਦਿਓ, ਦੋ ਤਰੀਕੇ ਦੇ ਮੇਜ਼ਰ ਬਿੱਲ ਹੁੰਦੇ ਆ, ਇੱਕ ਮਨੀ ਬਿੱਲ ਔਰ ਇੱਕ ਆਰਡਨਰੀ ਬਿੱਲ। ਮਨੀ ਬਿੱਲ ਐਂਡ ਆਰਡਨਰੀ ਬਿੱਲ। ਮਨੀ ਬਿੱਲ ਨੂੰ ਕਿੰਨੇ ਦਿਨ ਰੋਕਿਆ ਜਾਂਦਾ ਹੁੰਦਾ? 14 ਦਿਨ। ਪਰ ਇੱਥੇ ਇਹਨੇ ਕੁਐਸਚਨ ਮਨੀ ਬਿੱਲ 'ਤੇ ਨਹੀਂ ਪੁੱਛਿਆ, ਇਹਨੇ ਪੁੱਛਿਆ ਹੈਗਾ ਸਧਾਰਨ ਬਿੱਲ ਦੇ ਉੱਪਰ। ਕੁਐਸਚਨ ਕਾਹਦੇ 'ਤੇ ਪੁੱਛਿਆ ਹੈਗਾ? ਸਧਾਰਨ ਬਿੱਲ ਦੇ ਉੱਪਰ ਪੁੱਛਿਆ, ਨਾ ਕਿ ਮਨੀ ਬਿੱਲ ਦੇ ਉੱਪਰ ਪੁੱਛਿਆ ਹੈਗਾ। ਤਾਂ ਜਦੋਂ ਵੀ ਸਧਾਰਨ ਬਿੱਲ ਦੀ ਗੱਲ ਹੁੰਦੀ ਆ, ਉਹਨੂੰ ਲੈਜਿਸਲੇਟਿਵ ਕਾਊਂਸਲ ਮੈਕਸੀਮਮ ਕਿੰਨਾ ਚਿਰ ਰੋਕ ਸਕਦੀ ਹੁੰਦੀ ਆ? 4 ਮਹੀਨੇ ਰੋਕ ਸਕਦੀ ਹੈ। ਮੋਸਟ ਇੰਪੋਰਟੈਂਟ ਹੈ ਪੇਪਰ ਦੇ ਪੁਆਇੰਟ ਆਫ ਵਿਊ ਤੋਂ, ਬਹੁਤ ਵਾਰ ਪੁੱਛਿਆ ਗਿਆ ਔਰ ਹਮੇਸ਼ਾ ਸਟੂਡੈਂਟਾਂ ਤੋਂ ਗਲਤੀ ਹੁੰਦੀ ਆ। ਜਾਂ ਤਾਂ 14 ਦਿਨ ਭੜਕਾ ਆਉਂਦੇ ਆ, ਜਾਂ ਕੀ ਭੜਕਾ ਕੇ ਆਉਂਦੇ ਹੁੰਦੇ ਆ? ਆਂਸਰ 6 ਮਹੀਨੇ। ਤਾਂ ਯਾਦ ਰੱਖਣਾ ਆਪਾਂ ਹਮੇਸ਼ਾ ਆਂਸਰ ਕੀ ਬਣੂਗਾ? 4 ਮਹੀਨੇ। ਕਿ ਕੋਈ ਵੀ ਜਿਹੜੀ ਲੈਜਿਸਲੇਟਿਵ ਕਾਊਂਸਲ ਹੈ ਉਹ ਆਰਡਨਰੀ ਬਿੱਲ ਨੂੰ ਮੈਕਸੀਮਮ ਕਿੰਨਾ ਚਿਰ ਰੋਕ ਸਕਦੀ ਹੁੰਦੀ ਆ? 4 ਮਹੀਨੇ ਰੋਕ ਕੇ ਰੱਖ ਸਕਦੀ ਹੁੰਦੀ ਆ। ਠੀਕ ਹੈ ਭਾਈ, ਕਲੀਅਰ? ਇਹ ਕਲਾਸ ਹਰ ਇੱਕ ਪੇਪਰ ਵਾਸਤੇ ਇੰਪੋਰਟੈਂਟ ਆ, ਚਾਹੇ ਤੁਸੀਂ ਪੰਜਾਬ ਪੁਲਿਸ ਦਾ ਕੋਈ ਪੇਪਰ ਦੇ ਰਹੇ ਹੋ, ਚਾਹੇ PSSB ਦਾ, ਚਾਹੇ ਮਾਸਟਰ ਕੈਡਰ ਜੇ ਤੁਹਾਡਾ ਸਬਜੈਕਟ ਪੋਲਿਟੀ ਆ, ਤਾਂ ਸਭ ਪੇਪਰਾਂ ਲਈ ਜ਼ਰੂਰੀ ਆ। ਆਲਰੇਡੀ ਇਸ ਚੈਪਟਰ ਦੇ ਵਿੱਚੋਂ PP ਦੇ ਪੇਪਰਾਂ 'ਚ ਬਹੁਤ ਭਰ ਭਰ ਕੇ ਕੁਐਸਚਨ ਆਏ ਹੋਏ ਆ। ਠੀਕ ਹੈ ਜੀ,
ਚਲੋ ਤਾਂ ਤੀਸਰਾ ਕੁਐਸਚਨ ਸੋਲਵ ਕਰ ਦਈਏ ਆਪਾਂ। ਨੋ ਮਨੀ ਬਿੱਲ ਕੈਨ ਬੀ ਇੰਟਰੋਡਿਊਸ ਇਨ ਅਸੈਂਬਲੀ ਆਫ ਸਟੇਟ ਐਕਸੈਪਟ ਦੀ ਰਿਕਮੈਂਡੇਸ਼ਨ ਆਫ, ਕਹਿੰਦੇ ਧਨ ਬਿੱਲ ਹਮੇਸ਼ਾ ਵਿਧਾਨ ਸਭਾ 'ਚ ਜਾਊਗਾ। ਆਪਾਂ ਨੂੰ ਸਭ ਨੂੰ ਪਤਾ ਕਿ ਜਦੋਂ ਆਪਾਂ ਗੱਲ ਕਰਦੇ ਹੁੰਦੇ ਹਾਂ ਮਨੀ ਬਿੱਲ ਦੀ ਜਾਂ ਧਨ ਬਿੱਲ ਦੀ ਗੱਲ ਕਰਦੇ ਹੁੰਦੇ ਹਾਂ, ਮਨੀ ਬਿੱਲ ਉੱਧਰ ਇੰਟਰੋਡਿਊਸ ਹੁੰਦਾ ਲੋਕ ਸਭਾ 'ਚ ਕਿਹੜੇ ਆਰਟੀਕਲ 'ਚ, ਆਰਟੀਕਲ 109 ਦੇ ਵਿੱਚ। ਇੱਧਰ ਜਿਹੜਾ ਮਨੀ ਬਿੱਲ ਆ ਇੰਟਰੋਡਿਊਸ ਹੋਊਗਾ ਕਿੱਥੇ ਇੰਟਰੋਡਿਊਸ ਹੋਊਗਾ, ਸਟੇਟ ਅਸੈਂਬਲੀ ਦੇ ਵਿੱਚ, ਕਿਹਦੀ ਪਰਮਿਸ਼ਨ ਲੈਣ ਤੋਂ ਬਾਅਦ, ਉੱਧਰ ਪ੍ਰੈਜੀਡੈਂਟ ਦੀ, ਇੱਧਰ ਕਿਹਦੀ ਪਰਮਿਸ਼ਨ ਲਊਗਾ, ਤਾਂ ਗਵਰਨਰ ਦੀ ਪਰਮਿਸ਼ਨ ਲਊਗਾ। ਤਾਂ ਭਾਲੋ ਕਿੱਥੇ ਆਪਸ਼ਨ ਸਾਡਾ, ਆਪ ਕਹਿੰਦਾ ਗਵਰਨਰ ਆਫ ਦੀ ਸਟੇਟ, ਗਵਰਨਰ ਦੀ ਪਰਮਿਸ਼ਨ ਲੈਣ ਤੋਂ ਬਾਅਦ ਕਿੱਥੇ ਜਾਊਗਾ, ਅਸੈਂਬਲੀ 'ਚ, ਕਿਹੜੇ ਆਰਟੀਕਲ 'ਚ, ਆਰਟੀਕਲ 198 'ਚ। ਆਰਟੀਕਲ 198 ਕੀ ਕਹਿੰਦਾ ਹੈਗਾ ਕਿ ਜਿਹੜਾ ਮਨੀ ਬਿੱਲ ਆ ਉਹ ਹਮੇਸ਼ਾ ਕਿੱਥੇ ਜਾਊਗਾ, ਅਸੈਂਬਲੀ 'ਚ, ਕਿਹਦੀ ਪਰਮਿਸ਼ਨ ਲੈ ਕੇ, ਗਵਰਨਰ। ਜਿਵੇਂ ਉੱਧਰ ਆਰਟੀਕਲ 109 ਇਹੀ ਚੀਜ਼ ਬੋਲਦਾ ਪ੍ਰੋਸੈਸ ਆਫ ਮਨੀ ਬਿੱਲ, ਕਿ ਮਨੀ ਬਿੱਲ ਹਮੇਸ਼ਾ ਲੋਕ ਸਭਾ 'ਚ ਜਾਊਗਾ, ਇਹਦਾ 198 ਇਹੀ ਬੋਲਦਾ ਕਿ ਮਨੀ ਬਿੱਲ ਹਮੇਸ਼ਾ ਜਿਹੜਾ ਹੈਗਾ ਉਹ ਅਸੈਂਬਲੀ 'ਚ ਜਾਊਗਾ, ਕਿਹਦੀ ਪਰਮਿਸ਼ਨ ਲੈ ਕੇ, ਗਵਰਨਰ ਦੀ ਪਰਮਿਸ਼ਨ ਲੈ ਕੇ। ਓਕੇ ਭਾਈ, ਡਨ, ਕਲੀਅਰ। ਚਲੋ ਜੀ ਅੱਗੇ ਚੱਲੀਏ ਕੁਐਸਚਨ ਨੰਬਰ 4 ਦੇ ਉੱਪਰ। ਪਰ ਉਸ ਤੋਂ ਪਹਿਲਾਂ ਆਪਣੇ ਲਈ ਹਰ ਵਾਰ ਦੀ ਤਰ੍ਹਾਂ ਮੋਟੀਵੇਸ਼ਨਲ ਲਾਈਨਸ ਆ ਗਈਆਂ ਨੇ ਆਪਣੀਆਂ। ਜੀਤ ਲਓ ਹਰ ਲਮਹਾ ਬੀਤ ਜਾਣੇ ਸੇ ਪਹਿਲੇ, ਵਾਹ ਕਿਆ ਲਾਈਨਾਂ ਨੇ, ਕਹਿੰਦੇ ਜੀਤ ਲਓ ਹਰ ਲਮਹਾ ਜੀਤ ਜਾਣੇ ਸੇ ਪਹਿਲੇ, ਲੌਟ ਕਰ ਜ਼ਿਆਦੇ ਆਤੀ ਹੈ ਵਕਤ ਨਹੀਂ, ਲੌਟ ਕਰ ਜ਼ਿਆਦੇ ਆਤੀ ਹੈ ਵਕਤ ਨਹੀਂ। ਠੀਕ ਹੈ, ਕਿੰਨੀਆਂ ਸੋਹਣੀਆਂ ਲਾਈਨਾਂ ਨੇ, ਹਨਾ, ਕਿ ਹਮੇਸ਼ਾ ਯਾਰ ਹਰ ਇੱਕ ਲਮ੍ਹੇ ਨੂੰ ਜੀਓ, ਪੜ੍ਹੋ ਵੀ ਔਰ ਪਲੱਸ ਆਪਦੀ ਇੰਜੋਇਮੈਂਟ ਵੀ ਕਰੋ, ਜੋ ਤੁਹਾਨੂੰ ਮਿਲ ਰਿਹਾ ਟਾਈਮ ਉਸਨੂੰ ਇੰਜੋਏ ਕਰੋ, ਕਿ ਹਾਂ ਯਾਰ ਸਹੀ ਗੱਲ ਹੈ ਇਹ, ਕਿ ਉਹ ਸਮਾਂ ਜਿਹੜਾ ਹੈਗਾ ਉਹ ਸਮਾਂ ਬੀਤ ਜੂਗਾ, ਸਿਰਫ ਯਾਦਾਂ ਹੀ ਰਹਿ ਜਾਂਦੀਆਂ ਨੇ ਆਪਣੇ ਕੋਲ, ਹਨਾ। ਤਾਂ ਇੰਜੋਇਮੈਂਟ ਵੀ ਜ਼ਰੂਰੀ ਹੈ, ਪੜ੍ਹਨਾ ਵੀ ਜ਼ਰੂਰੀ ਹੈ। ਪੜ੍ਹਨ ਤੋਂ ਬਾਅਦ ਮੈਂ ਤਾਂ ਹਮੇਸ਼ਾ ਇਹ ਕਹਿੰਦਾ ਹੁੰਦਾ ਕਿ ਜੇ ਤੁਸੀਂ ਲਾਇਬ੍ਰੇਰੀ 'ਚ ਬਹਿ ਕੇ ਪੜ੍ਹ ਰਹੇ ਹੋ, ਜਿੱਥੇ ਵੀ ਬਹਿ ਕੇ ਪੜ੍ਹ ਰਹੇ ਹੋ, 8 ਘੰਟੇ 10 ਘੰਟੇ ਜਿੰਨਾ ਤੁਸੀਂ ਪੜ੍ਹਦੇ ਹੋ, 4 ਘੰਟੇ, ਉਹਦੇ ਨਾਲ ਨਾਲ ਤੁਹਾਡੀ ਇੰਜੋਇਮੈਂਟ ਵੀ ਜ਼ਰੂਰੀ ਹੈਗੀ ਆ। ਥੋੜ੍ਹਾ ਖੇਡ ਕੁੱਦ ਲਿਆ ਕਰੋ ਆਪਦੇ ਦੋਸਤਾਂ ਮਿੱਤਰਾਂ ਨਾਲ, ਠੀਕ ਹੈ, ਤਾਂ ਉਹਦੇ ਨਾਲ ਬਹੁਤ ਵਧੀਆ ਫੀਲ ਹੁੰਦਾ। ਓਕੇ ਡਨ, ਜਦੋਂ ਵੀ ਅੱਕ ਜਾਓ ਨਾ ਪੜ੍ਹਨ ਤੋਂ, ਤਾਂ ਇੱਕ ਅੱਧਾ ਦਿਨ ਰੈਸਟ ਮਾਰ ਕੇ ਕਿਤੇ ਘੁੰਮ ਫਿਰ ਆਇਆ ਕਰੋ, ਉਹਦੇ ਨਾਲ ਬਹੁਤ ਫੀਲ ਹੁੰਦਾ ਵੀ ਦੁਬਾਰਾ ਪੜ੍ਹਨ ਦਾ ਜੀ ਕਰ ਪੈਂਦਾ। ਓਕੇ ਭਾਈ ਡਨ, ਚਲੋ ਜੀ ਕੁਐਸਚਨ ਨੰਬਰ 4। ਵਿੱਚ ਆਰਟੀਕਲ ਆਫ ਦੀ ਇੰਡੀਅਨ ਕਾਂਸਟੀਟਿਊਸ਼ਨ ਪ੍ਰੋਵਾਈਡ ਦਾ ਪ੍ਰੋਵੀਜ਼ਨ ਆਫ ਵਿਧਾਨ ਪਰਿਸ਼ਦ ਔਨ ਦੀ ਸਟੇਟ, ਕਹਿੰਦੇ ਵਿਧਾਨ ਪਰਿਸ਼ਦ ਦਾ ਕਿਹੜਾ ਆਰਟੀਕਲ ਆ। ਹੁਣ ਆਪਾਂ ਜਦੋਂ ਵੀ ਸਟੇਟ ਸ਼ੁਰੂ ਕਰਦੇ ਹਾਂ ਤਾਂ ਸਟੇਟ ਦੇ ਮੇਜਰ 4 ਆਰਟੀਕਲ ਪੜ੍ਹਦੇ ਹੁੰਦੇ ਹਾਂ, ਆਰਟੀਕਲ 168, 169, 170 ਅਤੇ 171। ਇਹ 4 ਮੇਜਰ ਆਰਟੀਕਲ ਨੇ ਜਦੋਂ ਵੀ ਆਪਾਂ ਸਟੇਟ ਲੈਜਿਸਲੇਚਰ ਸਟਾਰਟ ਕਰਦੇ ਹਾਂ। 168 ਜਿਹੜਾ ਹੈ ਇਹ ਸਟੇਟ ਲੈਜਿਸਲੇਚਰ ਬਾਰੇ ਗੱਲ ਕਰਦਾ, ਜਾਣੀ ਕਿ ਸਟੇਟ ਦੀ ਪਾਰਲੀਮੈਂਟ ਬਾਰੇ ਗੱਲ ਕਰਦਾ, ਕਿ ਹਾਂ ਭਾਈ ਸਾਡੇ ਸਟੇਟਾਂ ਲਈ ਇੱਕ ਪਾਰਲੀਮੈਂਟ ਹੋਊਗੀ। ਠੀਕ ਹੈ ਜੀ। 169 ਜਿਹੜਾ ਹੈਗਾ ਆਪਣੀ ਲੈਜਿਸਲੇਟਿਵ ਕਾਉਂਸਲ ਨੂੰ ਬਣਾਉਣ ਅਤੇ ਖਤਮ ਕਰਨ ਬਾਰੇ ਗੱਲ ਕਰਦਾ, ਅੱਗੇ ਆਪਾਂ ਪੜ੍ਹਾਂਗੇ ਪੂਰੀ ਡਿਟੇਲ ਦੇ ਵਿੱਚ ਆਊਗਾ ਕੁਐਸਚਨ ਆਪਣਾ। 170 ਜਿਹੜਾ ਹੈਗਾ ਆਪਣੀ ਕਿਹਦੇ ਬਾਰੇ ਗੱਲ ਕਰਦਾ ਹੁੰਦਾ, ਅਸੈਂਬਲੀ ਬਾਰੇ ਗੱਲ ਕਰਦਾ ਹੁੰਦਾ, ਸਟੇਟ ਦੀ ਅਸੈਂਬਲੀ ਬਾਰੇ, ਔਰ 171 ਹੈ ਜਿਹੜਾ ਲੈਜਿਸਲੇਟਿਵ ਕਾਉਂਸਲ ਬਾਰੇ ਗੱਲ ਕਰਦਾ। ਠੀਕ ਹੈ ਜੀ, ਚਾਰੋ ਆਰਟੀਕਲ ਹੋ ਗਏ ਕਲੀਅਰ। ਤਾਂ ਇਹ ਪੁੱਛ ਕਿਹਦੇ ਰਿਹਾ, ਆਪਣੀ ਲੈਜਿਸਲੇਟਿਵ ਕਾਉਂਸਲ ਦਾ ਪੁੱਛ ਰਿਹਾ ਕਿ ਵਿਧਾਨ ਸਭਾ ਦਾ ਪੁੱਛ ਰਿਹਾ, ਤਾਂ ਵਿਧਾਨ ਪਰਿਸ਼ਦ ਬਾਰੇ ਪੁੱਛ ਰਿਹਾ, ਤਾਂ ਕਿਹੜਾ ਆਰਟੀਕਲ ਹੋ ਜਾਊਗਾ, ਆਰਟੀਕਲ 171 ਹੋ ਜਾਊਗਾ। ਓਕੇ ਭਾਈ ਡਨ, ਕਲੀਅਰ। ਚਲੋ ਫਿਰ ਅੱਗੇ ਚੱਲੀਏ। ਹਾਂਜੀ, ਆਹ ਕੁਐਸਚਨ ਸੋਲਵ ਕਰੋ, ਇਸੇ ਵਾਸਤੇ ਤਾਂ ਅੱਜ ਦੀ ਕਲਾਸ ਇੰਪੋਰਟੈਂਟ ਹੈ, ਇਸ ਕੁਐਸਚਨ ਵਾਸਤੇ, ਕਿਉਂਕਿ ਕੁਐਸਚਨ ਬਹੁਤ ਆਇਆ ਹੋਇਆ ਆਪਣੇ ਪੀਪੀ ਦੇ ਪੇਪਰਾਂ 'ਚ, ਸਬ ਇੰਸਪੈਕਟਰ 'ਚ 2-3 ਵਾਰੀ ਰਿਪੀਟ ਹੋਇਆ। ਕਹਿੰਦੇ ਵਟ ਇਜ਼ ਦਾ ਰਾਈਟ ਮੈਥਡ ਟੂ ਇਸਟੈਬਲਿਸ਼ ਔਰ ਕੈਂਸਲ ਦਾ ਸੈਕਿੰਡ ਚੈਂਬਰ ਇਨ ਸਟੇਟ। ਕਹਿੰਦੇ ਸੈਕਿੰਡ ਚੈਂਬਰ ਨੂੰ ਹੁਣ ਆਪਾਂ ਖਤਮ ਕਰਨਾ, ਜਾਣੀ ਕਿ ਵਿਧਾਨ ਪਰਿਸ਼ਦ ਨੂੰ ਬਣਾਉਣਾ ਜਾਂ ਖਤਮ ਕਰਨਾ, ਇੱਥੇ ਅਸਟੈਬਲਿਸ਼ ਅਤੇ ਕਾਉਂਸਲ ਦੀ ਗੱਲ ਹੋ ਰਹੀ ਹੈ, ਉਹਨੂੰ ਕਹਿੰਦੇ ਕੌਣ ਬਣਾਊਗਾ, ਕਿਹਦੇ ਕੋਲ ਪਾਵਰ ਆ। ਹੁਣ ਇੱਥੇ ਬੜੇ ਧਿਆਨ ਨਾਲ ਸਮਝਿਓ ਯਾਰ, ਦੇਖੋ ਆਪਾਂ ਸ਼ੁਰੂ ਤੋਂ ਇਹੀ ਪੜ੍ਹਦੇ ਆ ਰਹੇ ਹਾਂ ਕਿ ਆਪਣੇ ਰਾਜਾਂ ਦੇ ਲਈ ਅਸੈਂਬਲੀ ਦਾ ਹੋਣਾ ਕੰਪਲਸਰੀ ਆ, ਸਟੇਟ ਅਸੈਂਬਲੀ ਦਾ ਹੋਣਾ ਕੰਪਲਸਰੀ ਆ, ਮਸਟ ਹੈ, ਇਹ ਤੋਂ ਬਿਨਾਂ ਕੋਈ ਵੀ ਸਟੇਟ ਕੰਮ ਨਹੀਂ ਕਰ ਸਕਦੀ। ਠੀਕ ਹੈ ਭਾਈ। ਬਟ ਜਿਹੜੀ ਆਪਣੀ ਲੈਜਿਸਲੇਟਿਵ ਕਾਉਂਸਲ ਆ
ਉਹਦੇ ਬਿਨਾਂ ਸਟੇਟ ਚੱਲ ਸਕਦੀ ਆ, ਉਹਦੇ ਬਿਨਾਂ ਸਟੇਟ ਚੱਲ ਸਕਦੀ ਆ। ਮੰਨ ਲਓ ਆਪਣੇ ਪੰਜਾਬ ਕੋਲ ਹੈ ਨਹੀਂ ਗੀ ਔਰ ਪੰਜਾਬ ਨੇ ਬਣਾਉਣੀ ਹੋਵੇ ਕਿ ਆਪਾਂ ਨੂੰ ਕੌਂਸਲ ਚਾਹੀਦੀ ਆ, ਆਪਾਂ ਬਣਵਾ ਸਕਦੇ ਹਾਂ, ਪਰ ਪੰਜਾਬ ਨੂੰ ਕੀ ਕਰਨਾ ਪਊਗਾ, ਰਿਕਮੈਂਡੇਸ਼ਨ ਦੇਣੀ ਪਊਗੀ ਕਿਹੜੀ ਮਜੋਰਟੀ ਦੇ ਨਾਲ, ਸਪੈਸ਼ਲ ਮਜੋਰਟੀ ਦੇ ਨਾਲ, ਕਿਹੜੀ ਮਜੋਰਟੀ ਦੇ ਨਾਲ, ਸਪੈਸ਼ਲ ਮਜੋਰਟੀ ਨਾਲ। ਪੰਜਾਬ ਕੀ ਕਰੂਗਾ, ਸਪੈਸ਼ਲ ਮਜੋਰਟੀ ਦੇ ਨਾਲ ਵਿਸ਼ਾ ਪਾਸ ਕਰੂਗਾ, ਫਿਰ ਇਹ ਵਿਸ਼ਾ ਪਹੁੰਚ ਜੂਗਾ ਸਾਡੇ ਦੇਸ਼ ਦੀ ਪਾਰਲੀਮੈਂਟ ਕੋਲ, ਕਿਹਦੇ ਕੋਲ ਪਹੁੰਚ ਜੂਗਾ, ਪਾਰਲੀਮੈਂਟ ਕੋਲ, ਫਿਰ ਪਾਰਲੀਮੈਂਟ ਜਿਹੜੀ ਹੈਗੀ ਆ ਇਹਦੇ 'ਤੇ ਅਪਰੂਵਲ ਦੇਊਗੀ ਕਿਹੜੀ ਮਜੋਰਟੀ ਦੇ ਨਾਲ, ਸਿੰਪਲ ਮਜੋਰਟੀ ਦੇ ਨਾਲ, ਕਿਹੜੀ ਮਜੋਰਟੀ ਨਾਲ, ਸਿੰਪਲ ਮਜੋਰਟੀ ਦੇ ਨਾਲ, ਠੀਕ ਹੈ ਜੀ। ਤਦ ਜਾ ਕੇ ਪੰਜਾਬ ਦੇ ਵਿੱਚ ਕੀ ਬਣ ਜੂਗੀ, ਲੈਜਿਸਲੇਟਿਵ ਕੌਂਸਲ ਬਣ ਜੂਗੀ। ਇਵੇਂ ਜੇ ਯੂਪੀ ਕੋਲ ਆਲਰੇਡੀ ਹੈਗੀ ਆ, ਯੂਪੀ ਨੇ ਖਤਮ ਕਰਨੀ ਹੋਵੇ ਤਾਂ ਯੂਪੀ ਵਾਲਿਆਂ ਨੂੰ ਪਾਸ ਕਰਨਗੇ ਸਪੈਸ਼ਲ ਮਜੋਰਟੀ ਨਾਲ, ਫਿਰ ਜਾਊਗਾ ਵਿਸ਼ਾ ਲੋਕ ਸਭਾ ਰਾਜ ਸਭਾ ਕੋਲ, ਉਹ ਕੰਮ ਕਰੂਗੀ ਸਿੰਪਲ ਮਜੋਰਟੀ ਨਾਲ, ਤਦ ਜਾ ਕੇ ਬਣ ਵੀ ਸਕਦੀ ਆ, ਖਤਮ ਵੀ ਹੋ ਸਕਦੀ ਹੈ। ਜਿੱਥੇ ਬਣਾਉਣੀਆਂ ਬਣ ਜੂਗੀ, ਜਿੱਥੇ ਖਤਮ ਹੋਣੀਆਂ ਖਤਮ ਹੋ ਜੂਗੀ। ਇਹ ਸਾਰਾ ਕੁਛ ਕਿਹੜਾ ਆਰਟੀਕਲ ਬੋਲਦਾ, ਆਰਟੀਕਲ 169 ਬੋਲਦਾ ਆਪਣੇ ਕੌਂਸਟੀਟਿਊਸ਼ਨ ਦਾ, ਠੀਕ ਹੈ ਜੀ। ਹੁਣ ਇਹਨੇ ਪੁੱਛਿਆ ਕੀ ਸੀਗਾ, ਸਾਰਾ ਰੇਜ਼ ਕਰਕੇ ਦੁਬਾਰਾ ਦੇਖ ਲਈਏ ਕੀ ਪੁੱਛਿਆ ਸੀਗਾ। ਨਹੀਂ ਕਹਿੰਦੇ ਦੂਜੇ ਚੈਂਬਰ ਨੂੰ ਰੱਦ ਕਰਨ ਦਾ ਸਹੀ ਤਰੀਕਾ ਕੀ ਹੈ, ਦੇਖ ਲੈਂਦੇ ਆਪਾਂ। ਪ੍ਰਪੋਜ਼ਲ ਇਨ ਦੀ ਹਾਊਸ ਆਫ ਪੀਪਲ ਵਿਦ ਸਿੰਪਲ ਮਜੋਰਟੀ, ਸਧਾਰਨ ਬਹੁਮਤ ਵਾਲੇ ਸਦਨ ਵਿੱਚ ਪ੍ਰਸਤਾਵ। ਹਾਂ, ਹੋ ਸਕਦਾ ਆਪਾਂ ਕਿਹਾ ਪ੍ਰਪੋਜ਼ਲ ਸਹੀ ਹੈ, ਠੀਕ ਹੈ ਮੰਨ ਲਿਆ ਆਪਾਂ। ਪ੍ਰਪੋਜ਼ਲ ਇਨ ਲੈਜਿਸਲੇਟਿਵ ਅਸੈਂਬਲੀ ਵਿਦ ਸਿੰਪਲ ਮਜੋਰਟੀ, ਨਾ ਅਸੈਂਬਲੀ ਦੇ ਵਿੱਚੋਂ ਤਾਂ ਸਪੈਸ਼ਲ ਨਾਲ ਪਾਸ ਹੋਣਾ ਚਾਹੀਦਾ। ਪ੍ਰਪੋਜ਼ਲ ਇਨ ਲੈਜਿਸਲੇਟਿਵ ਅਸੈਂਬਲੀ ਵਿਦ ਫੁੱਲ ਮਜੋਰਟੀ ਅਲੋਂਗ ਵਿਦ ਲਾ ਪਾਸਡ ਬਾਈ ਦੀ ਪਾਰਲੀਮੈਂਟ। ਕਹਿੰਦੇ ਸੰਸਦ ਦੁਆਰਾ, ਵਿਧਾਨ ਸਭਾ ਦੁਆਰਾ ਪਾਸ ਕੀਤਾ ਗਿਆ ਬਿੱਲ ਪੂਰੇ ਬਹੁਮਤ ਦੇ ਨਾਲ, ਪਲੱਸ ਅਸੈਂਬਲੀ ਦੇ ਦੁਆਰਾ ਸਧਾਰਨ ਨਾਲ, ਠੀਕ ਹੈ ਜੀ, ਮੰਨ ਲੈਂਦੇ ਹਾਂ। ਆਹ ਦੋ ਆਪਣੇ ਕੋਲ ਹੋ ਸਕਦੇ ਆ, ਦੋਨਾਂ 'ਚ ਜਿਹੜਾ ਮੱਚ ਬੈਟਰ ਹੋਊਗਾ ਆਪਾਂ ਉਹ ਦੇਖਾਂਗੇ। ਪ੍ਰਪੋਜ਼ਲ ਇਨ ਹਾਊਸ ਆਫ ਦੀ ਪੀਪਲ ਵਿਦ ਫੁੱਲ ਮਜੋਰਟੀ, ਪੂਰੇ ਬਹੁਮਤ ਨਾਲ ਲੋਕ ਸਭਾ 'ਚ ਪ੍ਰਸਤਾਵ, ਨਾ ਨਾ ਲੋਕ ਸਭਾ 'ਚੋਂ ਨਹੀਂ, ਠੀਕ ਹੈ। ਹੁਣ ਰਹਿ ਗਏ ਆਹ ਆਪਣੇ ਕੋਲ ਦੋਨੋਂ ਰਹਿ ਗਏ। ਕਈ ਵਾਰੀ ਤੁਸੀਂ ਵੀਡੀਓ ਨੀਚੇ ਕਮੈਂਟ ਵੀ ਕਰਦੇ ਹੋ, ਸਰ ਦੋ ਬਣ ਰਹੇ ਆ, ਦੋ ਬਣ ਸਕਦੇ ਆ ਯਾਰ ਨੀਚੇ, ਪਰ ਜਿਹੜਾ ਆਪਣੇ ਕੋਲ ਆਪਸ਼ਨ ਬੋਥ ਦੀ ਨਹੀਂ ਹੁੰਦੀ ਤਾਂ ਕਰਕੇ ਆਪਾਂ ਨੂੰ ਇੱਕ ਚੱਕਣਾ ਪੈਂਦਾ। ਹੁਣ ਇੱਥੇ ਕੀ ਕਿਹਾ, ਸਧਾਰਨ ਬਹੁਮਤ ਵਾਲੇ ਸਦਨ ਵਿੱਚ ਪ੍ਰਸਤਾਵ, ਸਿੰਪਲ ਮਜੋਰਟੀ ਨਾਲ ਹੋ ਸਕਦਾ ਸਹੀ ਹੈ, ਪਰ ਇਹਨੇ ਪ੍ਰੋਪਰ ਇੱਥੇ ਉਹੀ ਚੀਜ਼ ਦਿੱਤੀ ਹੈ ਜਿਹੜੀ ਆਪਾਂ ਨੂੰ ਚਾਹੀਦੀ ਹੈ ਕਿ ਪ੍ਰਪੋਜ਼ਲ ਇਨ ਲੈਜਿਸਲੇਟਿਵ ਅਸੈਂਬਲੀ ਵਿਦ ਫੁੱਲ ਮਜੋਰਟੀ ਅਲੋਂਗ ਵਿਦ ਲਾ ਪਾਸਡ ਬਾਈ ਦੀ ਪਾਰਲੀਮੈਂਟ। ਪਾਰਲੀਮੈਂਟ ਦੇ ਦੁਆਰਾ ਵੀ ਉਹਨੂੰ ਕੀ ਕਰਨਾ ਪਊਗਾ, ਪਾਸ ਕਰਨਾ ਪਊਗਾ, ਤਾਂ ਆਹ ਚੀਜ਼ ਸਹੀ ਆ। ਆਹ ਇੱਥੋਂ ਤੀਕਰ ਸਹੀ ਸੀਗੀ, ਪਰ ਇਹਦੇ ਨਾਲ ਆਪਣੇ ਕੋਲ ਪਾਰਲੀਮੈਂਟ ਦੀ ਸਹਿਮਤੀ ਨਹੀਂ ਆਈ, ਤਾਂ ਇੱਥੇ ਉਹਨੇ ਉਹੀ ਚੀਜ਼ ਦੇ ਕੇ ਨਾਲ ਪਾਰਲੀਮੈਂਟ ਦੀ ਸਹਿਮਤੀ ਦਵਾਤੀ, ਤਾਂ ਆਂਸਰ ਕੀ ਬਣੂਗਾ ਆਪਣਾ, ਆਪਸ਼ਨ ਸੀ ਬਣ ਜੂਗਾ। ਕੀ ਬਣ ਜੂਗਾ, ਆਪਸ਼ਨ ਸੀ ਬਣੂਗਾ। ਕਲੀਅਰ ਭਾਈ, ਡਨ, ਓਕੇ। ਕੋਈ ਡਾਊਟ ਕਿਸੇ ਨੂੰ ਇੱਥੋਂ ਤੀਕਰ? ਚਲੋ ਜੀ, ਕਿਸੇ ਦਾ ਕੋਈ ਡਾਊਟ ਹੁੰਦਾ ਨੀਚੇ ਟਾਈਪ ਕਰਦਿਆ ਕਰੋ ਯਾਰ, ਮੈਨੂੰ ਬਹੁਤ ਵਧੀਆ ਲੱਗਦਾ ਤੁਸੀਂ ਟਾਈਪ ਕਰਦੇ ਹੋ, ਇੱਕ ਦੂਜੇ ਦੇ ਆਂਸਰ ਖੁਦ ਵੀ ਦਿੰਦੇ ਹੋ ਤੁਸੀਂ, ਕਈ ਵਾਰੀ ਮੈਂ ਆਂਸਰ ਦੇ ਦਿੰਦਾ ਹੁੰਦਾ, ਟਾਈਪ ਕਰਦਿਆ ਕਰੋ, ਐਡਾ ਕੋਈ ਇਸ਼ੂ ਨਹੀਂ ਹੈਗਾ। ਆਪਾਂ ਨੂੰ ਕੋਈ ਇਸ਼ੂ ਨਹੀਂ ਆ, ਕਈ ਵਾਰੀ ਗਲਤੀ ਵੀ ਹੋ ਜਾਂਦੀ ਹੈ, ਤਾਂ ਇਹ ਨਹੀਂ ਸੋਚਣਾ ਕਿ ਹਾਂ ਮੈਥੋਂ ਗਲਤ ਹੋ ਗਿਆ, ਤੁਹਾਡੇ ਤੋਂ ਗਲਤੀ ਹੋ ਗਈ, ਆਪਾਂ ਪੜ੍ਹਨ ਵਾਸਤੇ ਆਏ ਹਾਂ, ਸਿੱਖਣ ਵਾਸਤੇ ਆਏ, ਸਿੱਖਾਂਗੇ ਯਾਰ ਆਪਾਂ, ਪੜ੍ਹਾਂਗੇ, ਠੀਕ ਹੈ। ਐਡਾ ਨਾ ਚੱਕਰ ਨਹੀਂ ਮੰਨਣਾ ਕਿਸੇ ਨੇ ਕੋਈ, ਵਧੀਆ ਖੁਸ਼ ਹੋ ਕੇ ਪੜ੍ਹਨਾ ਪੋਲੀਟੀ ਨੂੰ, ਓਕੇ ਭਾਈ, ਡਨ। ਚਲੋ ਫਿਰ ਆ ਗਿਆ, ਇਨ ਐਨੀ ਸਟੇਟ ਆਫ ਇੰਡੀਆ ਲੈਜਿਸਲੇਟਿਵ ਕੌਂਸਲ ਕੈਨ ਬੀ ਕ੍ਰੀਏਟਡ ਔਰ ਅਬੋਲਿਸ਼। ਸੇਮ ਕੁਸ਼ਚਨ ਆ, ਪਰ ਇੱਥੇ ਪੂਰਨ ਤਰੀਕੇ ਨਾਲ ਤੁਸੀਂ ਸੋਲਵ ਕਰੋ, ਪਿੱਛੇ ਜੇ ਮੇਰੀ ਸਮਝ ਆ ਗਈ ਹੈ ਜਦ ਸਾਰੀ, ਤਾਂ ਇਹਨੂੰ ਸੋਲਵ ਕਰ ਦਿਓ। ਹੁਣ ਮੈਂ ਇਹਦੇ 'ਤੇ ਮੱਥਾ ਨਹੀਂ ਮਾਰੂੰਗਾ, ਤੁਸੀਂ ਸੋਲਵ ਕਰੋਗੇ। ਮੈਂ ਅਗਲੇ ਆਪਸ਼ਨ ਬੋਲ ਰਿਹਾ, ਦਾ ਪ੍ਰੈਜੀਡੈਂਟ ਔਨ ਦੀ ਰਿਕਮੈਂਡੇਸ਼ਨ ਆਫ ਦੀ ਗਵਰਨਰ, ਪ੍ਰੈਜੀਡੈਂਟ ਕਰਦਾ, ਨਾ ਗਲਤ ਆ। ਪਾਰਲੀਮੈਂਟ ਕਰਦੀ ਹੈ, ਹਾਂ ਕਰਦੀ ਹੈ ਪਾਰਲੀਮੈਂਟ, ਪਰ ਅੱਗੇ ਵੀ ਪੜ੍ਹ ਲਈਏ। ਦਾ ਪਾਰਲੀਮੈਂਟ ਐਜ਼ ਪਰ ਰੈਜੂਲੇਸ਼ਨ ਪਾਸਡ ਬਾਈ ਦੀ ਲੈਜਿਸਲੇਟਿਵ ਅਸੈਂਬਲੀ ਆਫ ਦੀ ਸਟੇਟ। ਕਹਿੰਦੇ ਸਟੇਟ ਦੇ ਦੁਆਰਾ ਕਹਿਣ ਦੇ ਉੱਪਰ ਕੌਣ ਖਤਮ ਕਰਦੀ ਹੈ, ਦੇਸ਼ ਦੀ ਪਾਰਲੀਮੈਂਟ ਖਤਮ ਕਰਦੀ ਹੈ। ਤਾਂ ਹੁਣ ਇੱਥੇ ਆਂਸਰ ਕੀ ਬਣ ਜੂਗਾ, ਆਪਸ਼ਨ ਸੀ। ਤਾਂਹੀਓ ਮੈਂ ਕੁਸ਼ਚਨ ਇਹ ਇੱਕ ਤਰੀਕੇ ਨਾਲ ਦੁਬਾਰਾ ਫਰੇਮ ਕਰਕੇ ਪਾਇਆ, ਤਾਂ ਕਿ ਤੁਹਾਨੂੰ ਪਹਿਲੇ ਨੂੰ ਸਮਝ ਆਉਣ ਤੋਂ ਬਾਅਦ ਦੂਸਰੇ ਨੂੰ ਤੁਸੀਂ ਕੀ ਕਰ ਸਕੋ, ਸੋਲਵ ਕਰ ਸਕੋ ਈਜ਼ਲੀ। ਓਕੇ ਭਾਈ, ਡਨ। ਇਹ ਸਾਰਾ ਕੁਛ ਕਿਹੜੇ ਆਰਟੀਕਲ 'ਚ ਹੁੰਦਾ? ਆਰਟੀਕਲ 169 'ਚ ਹੁੰਦਾ। ਓਕੇ ਜੀ, ਡਨ। ਚਲੋ ਜੀ, ਅੱਗੇ ਚੱਲਦੇ ਹਾਂ। ਕੁਸ਼ਚਨ ਨੰਬਰ 7, ਹਾਓ ਮੈਨੀ ਮੈਂਬਰਸ ਆਰ ਨੋਮੀਨੇਟਡ ਇਨ ਦੀ ਲੈਜਿਸਲੇਟਿਵ ਕੌਂਸਲ ਆਫ ਯੂਪੀ ਇਨ ਦਾ ਸਟੇਟ ਗਵਰਨਰ। ਦੇਖੋ,
ਹੁਣ ਕੁਸ਼ਚਨ ਉਹੀ ਆ, ਤੁਸੀਂ ਪੜ੍ਹਿਆ ਹੋਇਆ ਸਾਰਿਆਂ ਨੇ, ਪਰ ਇਹਨੇ ਨਾਲ ਕੀ ਪਾਤਾ, ਯੂਪੀ ਪਾਤਾ, ਯੂਪੀ ਪਾ ਕੇ ਉਲਝਾ ਤਾ ਤੁਹਾਨੂੰ, ਤੁਸੀਂ ਇਹਦੇ 'ਚ ਉਲਝ ਜਾਓਗੇ। ਆਪਾਂ ਹਮੇਸ਼ਾ ਪੜ੍ਹਦੇ ਹੁੰਦੇ ਹਾਂ ਕਿ ਉੱਧਰ ਪ੍ਰੈਜ਼ੀਡੈਂਟ, ਇੱਧਰ ਗਵਰਨਰ ਜਿਹੜਾ ਹੈਗਾ ਲੈਜਿਸਲੇਟਿਵ ਕੌਂਸਲ ਦੇ ਵਿੱਚ 1/6 ਮੈਂਬਰ ਨੋਮੀਨੇਟ ਕਰਦਾ ਹੁੰਦਾ, ਆਰਟ, ਲਿਟਰੇਚਰ, ਸਾਇੰਸ, ਸੋਸ਼ਲ ਸਰਵਿਸ, ਅਤੇ ਪੰਜਵੀਂ ਆ ਜਾਂਦੀ ਹੈ ਆਪਣੀ ਕੋਆਪਰੇਟਿਵ ਮੂਵਮੈਂਟਸ ਦੇ ਵਿੱਚੋਂ। ਆ ਗਏ ਯਾਦ, ਪੜ੍ਹਾਇਆ ਹੋਇਆ ਨਾ ਸਾਰਿਆਂ ਨੂੰ, ਤਾਂ ਉਹੀ ਪੁੱਛ ਰਿਹਾ ਕਿ ਯੂਪੀ ਦੇ ਵਿੱਚ ਕਿੰਨੇ ਹੋਣਗੇ, ਜਿੱਥੇ ਜਿੱਥੇ ਕਾਊਂਸਲ ਹੋਊਗੀ ਉੱਥੇ ਸਾਰੇ ਕਿੰਨੇ ਵਿੱਚ ਜਾਣਗੇ, 1/6 ਮੈਂਬਰ ਜਾਣਗੇ। ਕਿੰਨੇ ਮੈਂਬਰ ਜਾਣਗੇ, 1/6, ਉਹਨੇ ਜਾਣ ਕੇ ਯੂਪੀ ਪਾ ਕੇ ਉਲਝਾਤਾ, ਚਾਹੇ ਉਹ ਮਹਾਰਾਸ਼ਟਰ ਹੋਵੇ, ਕਰਨਾਟਕਾ, ਤੇਲੰਗਾਨਾ, ਜਿੱਥੇ ਜਿੱਥੇ ਹੈਗੀ ਆ ਉੱਥੇ 1/6 ਮੈਂਬਰ ਨੋਮੀਨੇਟ ਹੋਣਗੇ, ਕਿਹਦੇ ਦੁਆਰਾ, ਗਵਰਨਰ ਦੇ ਦੁਆਰਾ। ਠੀਕ ਹੈ ਜੀ, ਕਲੀਅਰ, ਓਕੇ ਭਾਈ, ਡਨ। ਚਲੋ ਜੀ, ਹਾਂਜੀ ਦੱਸੋ, ਕਹਿੰਦੇ ਇਹਨਾਂ ਦੇ ਵਿੱਚੋਂ ਕਿਹੜੀ ਸਟੇਟ ਕੋਲ ਬਾਈਕੈਮਲਿਜ਼ਮ ਨਹੀਂ ਹੈ, ਤਾਮਿਲਨਾਡੂ, ਯੂਪੀ, ਕਰਨਾਟਕਾ, ਬਿਹਾਰ। ਤਾਂ ਆਪਾਂ ਪੜ੍ਹਿਆ ਹੋਇਆ ਕਿ ਇੰਡੀਆ ਦੀਆਂ ਸਿਰਫ 6 ਹੀ ਸਟੇਟਾਂ ਨੇ ਜਿਨ੍ਹਾਂ ਕੋਲ ਦੋਨੋਂ ਹਾਊਸ ਹੈਗੇ ਆ, ਜਾਣੀ ਕਿ ਕੌਂਸਲ ਵੀ ਹੈ, ਅਸੈਂਬਲੀ ਵੀ ਆ। ਉਹ ਕਿਹੜੀਆਂ ਕਿਹੜੀਆਂ ਨੇ, ਯੂਪੀ, ਬਿਹਾਰ, ਮਹਾਰਾਸ਼ਟਰ, ਕਰਨਾਟਕਾ, ਤੇਲੰਗਾਨਾ, ਆਂਧਰਾ ਪ੍ਰਦੇਸ਼। ਯੂਪੀ, ਬਿਹਾਰ, ਮਹਾਰਾਸ਼ਟਰ, ਕਰਨਾਟਕਾ, ਤੇਲੰਗਾਨਾ ਐਂਡ ਆਂਧਰਾ ਪ੍ਰਦੇਸ਼, ਹੋ ਗਿਆ 6। ਚਲੋ ਜੀ, ਹੁਣ ਆਪਣੇ ਤੋਂ ਇਹੀ ਪੁੱਛਿਆ ਕਿ ਕਿਹਦੇ ਕੋਲ ਨਹੀਂ ਆ, ਇਹਨੂੰ ਯਾਦ ਕਰਨ ਦੀ ਇੱਕ ਟ੍ਰਿਕ ਜੀ ਹੁੰਦੀ ਆ, ਤਾਜ ਕੁੰਭ ਤੋਂ ਯਾਦ ਕਰ ਲਿਓ। ਜਿਵੇਂ ਤੁਸੀਂ ਪਹਿਲਾਂ ਤੋਂ ਯਾਦ ਕੀਤਾ ਹੋਇਆ, ਕੋਈ ਚੱਕਰ ਨਹੀਂ, ਮੈਂ ਤਾਜ ਕੁੰਭ ਤੋਂ ਕਰਾਉਣਾ ਹੁੰਦਾ। ਟੀ ਅਤੇ ਤੇਲੰਗਾਨਾ, ਏ ਅਤੇ ਆਂਧਰਾ, ਜੇ ਅਤੇ ਜੰਮੂ ਕਸ਼ਮੀਰ, ਪਹਿਲਾਂ ਜੰਮੂ ਕੋਲ ਹੁੰਦੀ ਸੀਗੀ, ਇਹਨਾਂ ਨੇ ਕਦੋਂ ਖਤਮ ਕਰਤੀ, 2019 'ਚ ਖਤਮ ਕਰਤੀ। ਠੀਕ ਹੈ ਜੀ, ਆਪਣੇ ਪੰਜਾਬ ਕੋਲ ਵੀ ਹੁੰਦੀ ਸੀਗੀ, ਸਾਰਿਆਂ ਨੇ ਸੁਣਿਆ ਵੀ ਹੋਊਗਾ, ਪੰਜਾਬ ਵਾਲਿਆਂ ਨੇ ਕਦੋਂ ਖਤਮ ਕੀਤੀ ਆ, 1970 ਦੇ ਵਿੱਚ। ਕਿਹੜੇ ਐਕਟ ਦੇ ਤਹਿਤ, ਤਾਂ ਐਕਟ ਆਫ 1969 ਦੇ ਤਹਿਤ ਪੰਜਾਬ 'ਚ ਖਤਮ ਹੋਈ ਆ 1970। ਕਿਹੜੇ ਐਕਟ ਦੇ ਤਹਿਤ, 1969 ਦੇ ਐਕਟ ਦੇ ਤਹਿਤ। ਠੀਕ ਹੈ, ਫਿਰ ਕੇ ਅਤੇ ਕਰਨਾਟਕਾ, ਯੂ ਅਤੇ ਯੂਪੀ, ਐਮ ਅਤੇ ਮਹਾਰਾਸ਼ਟਰ, ਬੀ ਅਤੇ ਬਿਹਾਰ ਬਣ ਗਿਆ। ਓਕੇ ਭਾਈ, ਡਨ। ਤਾਂ ਯੂਪੀ ਕੋਲ ਵੀ ਹੈ, ਕਰਨਾਟਕਾ ਕੋਲ ਵੀ ਹੈ, ਬਿਹਾਰ ਕੋਲ ਵੀ ਹੈ, ਤਾਮਿਲਨਾਡੂ ਕੋਲ ਨਹੀਂ ਹੈ। ਤਾਮਿਲ ਦੀ ਬਜਾਏ ਇੱਥੇ ਕੀ ਆਊਗਾ, ਆਪਣਾ ਤੇਲੰਗਾਨਾ ਆਊਗਾ। ਠੀਕ ਹੈ ਜੀ, ਓਕੇ ਡਨ। ਤੇਲੰਗਾਨਾ ਆਪਣੀ 29ਵੀਂ ਸਟੇਟ ਬਣੀ ਸੀ, ਕਦੋਂ ਬਣੀ ਸੀ, 2 ਜੂਨ 2014 'ਚ ਬਣੀ ਸੀਗੀ। ਆਪਾਂ ਪੜ੍ਹਿਆ ਹੋਇਆ ਨਾ ਪਿਛਲੀਆਂ ਕਲਾਸਾਂ ਸਾਰਾ। ਓਕੇ ਡਨ, ਕਲੀਅਰ। ਚਲੋ ਅੱਗੇ ਚੱਲੀਏ ਫਿਰ। ਕਹਿੰਦੇ ਵਟ ਵੀ ਦਾ ਮੈਕਸੀਮਮ ਨੰਬਰ ਆਫ ਮੈਂਬਰਸ ਇਨ ਦੀ ਲੈਜਿਸਲੇਟਿਵ ਅਸੈਂਬਲੀ ਆਫ ਦੀ ਸਟੇਟ। ਕਹਿੰਦੇ ਭਾਰਤ ਵਿੱਚ ਕਿਸੇ ਵੀ ਰਾਜ ਦੀ ਵਿਧਾਨ ਸਭਾ ਵਿੱਚ ਮੈਕਸੀਮਮ ਮੈਂਬਰ ਕਿੰਨੇ ਹੋ ਸਕਦੇ ਨੇ, ਮੈਕਸੀਮਮ ਪੁੱਛਿਆ। ਤਾਂ ਜਦੋਂ ਵੀ ਮੈਕਸੀਮਮ ਦੀ ਗੱਲ ਆਊਗੀ, ਮੈਕਸੀਮਮ ਮੈਂਬਰ ਕਿੰਨੇ ਹੁੰਦੇ ਆ, 500 ਹੁੰਦੇ ਆ। ਮਿਨੀਮਮ ਮੈਂਬਰ ਕਿੰਨੇ ਹੁੰਦੇ ਆ, 60 ਹੁੰਦੇ ਆ। ਮੈਕਸੀਮਮ ਮੈਂਬਰ 500, ਮਿਨੀਮਮ ਮੈਂਬਰ ਕਿੰਨੇ ਹੁੰਦੇ ਆ, 60। ਪਰ ਆਪਣੀ ਜਿਵੇਂ ਸਿੱਕਮ ਹੋ ਗਿਆ, ਅਰੁਣਾਚਲ ਹੋ ਗਿਆ, ਇਹਨਾਂ ਕੋਲ 40 ਮੈਂਬਰ ਹੀ ਹੈਗੇ ਆ। ਤਾਂ ਜ਼ਰੂਰੀ ਨਹੀਂ ਹੈ ਕਿ ਬਣ ਨਹੀਂ ਸਕਦੀ, ਮਿਨੀਮਮ 60 ਦੱਸਿਆ ਇਹਨਾਂ ਨੇ। ਪਰ ਆਪਣੀ ਕੌਂਸਟੀਟਿਊਸ਼ਨ ਦੇ ਵਿੱਚ ਪ੍ਰੋਵੀਜ਼ਨ ਹੈਗੀ ਆ ਕਿ ਜਿਹੜੀ, ਕਿਉਂਕਿ ਪਾਪੂਲੇਸ਼ਨ ਦੇ ਬੇਸ 'ਤੇ ਆ ਇਹ ਸਾਰਾ ਕੁਛ, ਪੜ੍ਹਦੇ ਹੁਣ ਨਾ ਆਪਾਂ ਕਾਹਦੇ ਬੇਸ 'ਤੇ ਆ ਸਾਰਾ ਕੁਛ, ਪਾਪੂਲੇਸ਼ਨ ਦੇ ਬੇਸ 'ਤੇ ਆ। ਤਾਂ ਫਿਰ ਪਾਪੂਲੇਸ਼ਨ ਜਿਹਦੀ ਜਿੰਨੀ ਹੋਊਗੀ ਉਹਦੇ ਕੋਲ ਓਨੀਆਂ ਹੀ ਸੀਟਾਂ ਹੋਣਗੀਆਂ। ਤਾਂ ਮਿਨੀਮਮ 60 ਹੁੰਦੀਆਂ ਨੇ, ਮੈਕਸੀਮਮ 500। ਜੇ ਆਪਾਂ ਇੱਥੇ ਹੀ ਕੌਂਸਲ ਨੂੰ ਪੜ੍ਹੀਏ ਕਿ ਕੌਂਸਲ 'ਚ ਮੈਕਸੀਮਮ ਮੈਂਬਰ ਕਿੰਨੇ ਹੁੰਦੇ ਆ, ਵਿਧਾਨ ਪਰਿਸ਼ਦ 'ਚ ਮੈਂਬਰ ਕਿੰਨੇ ਹੁੰਦੇ ਆ, ਤਾਂ ਵਿਧਾਨ ਪਰਿਸ਼ਦ 'ਚ ਜਿੰਨੇ ਇਹਦੇ ਮੈਕਸੀਮਮ ਹੁੰਦੇ ਆ, ਜਿੰਨੇ ਅਸੈਂਬਲੀ ਦੇ ਮੈਕਸੀਮਮ ਹੁੰਦੇ ਆ, ਉਹਦਾ 1/3 ਹੁੰਦੇ ਆ, 1/3 ਆਫ ਦੀ ਅਸੈਂਬਲੀ। ਕਿਉਂਕਿ ਇੱਥੇ ਵੀ ਕੁਸ਼ਚਨ ਆ ਜਾਂਦਾ ਹੁੰਦਾ ਕਿ ਅਸੈਂਬਲੀ ਦੇ 1/3 ਮੈਂਬਰ ਹੁੰਦੇ ਆ। ਠੀਕ ਹੈ ਜੀ, ਔਰ ਇਹੀ 1/3 ਦੋ ਸਾਲਾਂ ਬਾਅਦ ਰਿਟਾਇਰ ਹੋ ਜਾਂਦੇ ਆ, ਦੁਬਾਰਾ ਰੀਅਲੀਜੀਬਲ ਹੋ ਜਾਂਦੇ ਆ। ਇਹ ਤਾਂ ਇਹਦੇ ਮੈਕਸੀਮਮ ਦੀ ਗੱਲ ਹੋ ਗਈ। ਜੇ ਇਹਦੇ ਮਿਨੀਮਮ ਦੀ ਗੱਲ ਕਰੀਏ ਤਾਂ ਇਹਦੇ ਮਿਨੀਮਮ ਕਿੰਨੇ ਹੁੰਦੇ ਆ, 40 ਹੁੰਦੇ ਆ। ਇਹਦੇ ਮਿਨੀਮਮ ਕਿੰਨੇ ਹੁੰਦੇ ਆ, 40 ਹੁੰਦੇ ਆ। ਓਕੇ ਭਾਈ, ਡਨ, ਕਲੀਅਰ। ਕੋਈ ਡਾਊਟ ਕਿਸੇ ਦਾ ਇੱਥੋਂ ਤੀਕਰ? ਚਲੋ ਜੀ, ਅੱਗੇ ਚੱਲੀਏ। ਕੁਸ਼ਚਨ ਨੰਬਰ 10, ਕਹਿੰਦੇ ਦਾ ਸਪੀਕਰ ਕੰਟੀਨਿਊ ਟੂ ਬੀ ਦਾ ਸਪੀਕਰ ਈਵਨ ਆਫਟਰ ਦੀ ਡੈਜੋਲੇਸ਼ਨ ਆਫ ਦੀ ਅਸੈਂਬਲੀ ਅੰਟਿਲ। ਕਹਿੰਦੇ ਆਪਾਂ ਲੋਕ ਸਭਾ 'ਚ ਵੀ ਇਹੀ ਚੀਜ਼ ਪੜ੍ਹ ਕੇ ਆਏ ਸੀਗੇ ਕਿ ਲੋਕ ਸਭਾ ਦਾ ਸਪੀਕਰ ਵੀ ਕਿੰਨਾ ਟਾਈਮ ਰਹਿੰਦਾ ਹੁੰਦਾ, ਭਾਵੇਂ ਅਸੈਂਬਲੀ ਭੰਗ ਹੋ ਜੇ, ਉੱਧਰ ਲੋਕ ਸਭਾ ਭੰਗ ਹੋ ਜੇ। ਕਹਿੰਦੇ ਇੱਧਰਲਾ ਅਸੈਂਬਲੀ ਦਾ ਸਪੀਕਰ ਕਿੰਨਾ ਚਿਰ ਰਹੂਗਾ, ਕਹਿੰਦੇ ਜੇ ਕਹਿੰਦੇ ਅਸੈਂਬਲੀ ਕੀ ਹੋ ਜੇ, ਭੰਗ ਹੋ ਜੇ।
ਇਮੀਡੀਏਟਲੀ ਬਿਫੋਰ ਦਾ ਫਸਟ ਸਿਟਿੰਗ ਆਫ ਦੀ ਨਿਊ ਅਸੈਂਬਲੀ ਕੰਸਟੀਟਿਊਟਡ ਆਫਟਰ ਦੀ ਡਿਸੋਲਵ, ਭੰਗ ਤੋਂ ਬਾਅਦ ਗਠਿਤ ਨਵੀਂ ਵਿਧਾਨ ਸਭਾ ਦੀ ਬੈਠਕ ਤੋਂ ਤੁਰੰਤ ਬਾਅਦ, ਜਦੋਂ ਹੀ ਕਹਿੰਦੇ ਅਸੈਂਬਲੀ ਭੰਗ ਹੋ ਗਈ, ਨਵੀਂ ਬਣ ਗਈ, ਉਹਦੀ ਪਹਿਲੀ ਮੀਟਿੰਗ ਤੋਂ ਨਾਲ ਦੇ ਨਾਲ ਬਾਅਦ ਖਤਮ ਹੋ ਜੂਗਾ। ਦਾ ਇਲੈਕਸ਼ਨ ਆਫ ਦੀ ਨਿਊ ਸਪੀਕਰ, ਨਵੇਂ ਸਪੀਕਰ ਦੀ ਚੋਣ ਤੋਂ ਬਾਅਦ, ਉਹਦੀ ਆਪਦੀ ਇੱਛਾ ਜਾਂ ਨਨ ਆਫ ਦੀਜ਼, ਤਾਂ ਇੱਥੇ ਆਂਸਰ ਕੀ ਬਣੂਗਾ, ਜਿੰਨਾ ਚਿਰ ਨਵਾਂ ਸਪੀਕਰ ਨਹੀਂ ਆ ਜਾਂਦਾ। ਉੱਧਰ ਵੀ ਤੁਹਾਨੂੰ ਇਹੀ ਚੀਜ਼ ਪੜ੍ਹਾਈ ਆ, ਇੱਧਰ ਵੀ ਇਹੀ ਚੀਜ਼ ਯਾਦ ਰੱਖਣੀ ਆ ਕਿ ਜਿੰਨਾ ਚਿਰ ਨਵਾਂ ਸਪੀਕਰ ਇਲੈਕਟ ਨਹੀਂ ਹੋ ਜਾਂਦਾ, ਉਨਾ ਚਿਰ ਪੁਰਾਣਾ ਸਪੀਕਰ ਹੀ ਕੰਮ ਕਰਦਾ ਹੁੰਦਾ, ਜੇਕਰ ਵਿਧਾਨ ਸਭਾ ਜਾਂ ਲੋਕ ਸਭਾ ਕੀ ਹੋ ਜਾਂਦੀ ਆ, ਡਿਸੋਲਵ ਹੋ ਜਾਂਦੀ ਹੈਗੀ। ਠੀਕ ਹੈ ਭਾਈ, ਕਲੀਅਰ? ਜੇ ਵੈਸੇ ਸਪੀਕਰ ਅਸਤੀਫਾ ਦੇ ਰਿਹਾ, ਫਿਰ ਡਿਪਟੀ ਸਪੀਕਰ ਆਉਂਦਾ ਹੁੰਦਾ, ਅਦਰਵਾਈਜ਼ ਜੇ ਡਿਸੋਲਵ ਹੋਈ ਆ ਤਾਂ ਸਪੀਕਰ ਉਨਾ ਚਿਰ ਹੀ ਕੰਮ ਕਰਦਾ ਜਿੰਨਾ ਚਿਰ ਨਵਾਂ ਸਪੀਕਰ ਨਹੀਂ ਆ ਜਾਂਦਾ। ਓਕੇ ਜੀ, ਡਨ, ਕਲੀਅਰ? ਕੋਈ ਡਾਊਟ ਕਿਸੇ ਦਾ ਇੱਥੋਂ ਤੀਕਰ? ਚਲੋ, ਮੈਨੂੰ ਲੱਗਦਾ ਯਾਰ ਕੁਸ਼ਚਨ ਪੂਰੇ ਆ ਰਹੇ ਆਪਣੇ, ਮੈਂ ਦੇਖਣਾ ਹੀ ਭੁੱਲ ਗਿਆ ਚੀਜ਼ ਤਾਂ, ਵੀ ਕੁਸ਼ਚਨ ਪੂਰੇ ਆ ਰਹੇ ਆ ਜਾਂ ਨਹੀਂ ਆ ਰਹੇ ਆ, ਸਲਾਈਡ ਵੀ ਨਹੀਂ ਦੇਖੀ ਆਪਾਂ ਤਾਂ। ਚਲੋ ਕੋਈ ਗੱਲ ਨਹੀਂ, ਹੁਣ ਦੇਖਿਓ, ਮੈਂ ਬੋਲ ਦੂੰਗਾ ਜਿਹੜਾ ਅੱਖਰ ਨਹੀਂ ਦਿਖ ਰਿਹਾ। ਮੈਨੂੰ ਲੱਗ ਰਿਹਾ ਹੁਣ ਧਿਆਨ ਦਿੱਤਾ ਮੈਂ, ਵੀ ਆਹ ਦੋ ਤਿੰਨ ਕੁਸ਼ਚਨ ਆਪਣੇ ਜਿਹੜੇ ਇੱਧਰਲੀ ਸਾਈਡ ਆ ਗਏ ਉਹ ਦਿਖ ਨਹੀਂ ਰਹੇ ਹੈਗੇ, ਅੱਧਾ ਤਾਂ ਮੈਨੂੰ ਲੱਗਦਾ ਜੀ ਮੈਂ ਵੀ ਨਹੀਂ ਦਿਖ ਰਿਹਾ। ਚਲੋ ਕੋਈ ਗੱਲ ਨਹੀਂ, ਮੈਂ ਬੋਲ ਦੂੰਗਾ। ਕੁਸ਼ਚਨ ਦੇਖੋ, ਕੁਸ਼ਚਨ ਨੰਬਰ 11, ਵਟ ਇਜ਼ ਕਰੈਕਟ ਅਬਾਊਟ ਸਟੇਟ ਲੈਜਿਸਲੇਟਿਵ ਕਾਊਂਸਲ, ਕਹਿੰਦੇ ਕਾਊਂਸਲ ਬਾਰੇ ਕਿਹੜੀ ਚੀਜ਼ ਸਹੀ ਆ? ਇਟ ਇਜ਼ ਅ ਟਨਿਓਰ ਇਜ਼ 6 ਈਅਰ, ਪਹਿਲੀ ਸਹੀ ਹੈਗੀ ਆ, ਪਹਿਲੀ ਇੱਥੇ ਵੀ ਹੈਗੀ ਆ, ਪਹਿਲੀ ਇੱਥੇ ਵੀ ਆ, ਇੱਥੇ ਹੈ ਨਹੀਂ ਤਾਂ ਆਹ ਆਪਸ਼ਨ ਹੋ ਗਈ ਆਪਣੀ ਕੈਂਸਲ। ਠੀਕ ਹੈ ਜੀ, ਉਹ ਕੈਂਸਲ ਪਹਿਲਾਂ ਗਈ ਆਪਣੀ। ਇਟ ਇਜ਼ ਏ ਪਰਮਾਨੈਂਟ ਹਾਊਸ, ਬਿਲਕੁਲ ਸਹੀ ਆ, ਕਿਉਂਕਿ ਇਹ ਡਿਜ਼ੋਲਵ ਨਹੀਂ ਹੁੰਦਾ ਕਦੇ, ਡਿਜ਼ੋਲਵ ਇਨ ਦਾ ਸੈਂਸ ਟੁੱਟਦਾ ਨਹੀਂ ਆ, ਕਿਉਂਕਿ ਇੱਥੇ ਮੈਜੋਰਟੀ ਹੈ ਨੀਗੀ, ਇਹਦੇ 1/3 ਮੈਂਬਰ ਰਿਟਾਇਰ ਹੋ ਜਾਂਦੇ ਆ 2 ਸਾਲਾਂ ਬਾਅਦ, ਸਹੀ ਆ। ਇਟ ਕੈਨੋਟ ਬੀ ਡਿਜ਼ੋਲਵਡ, ਸਹੀ ਆ, ਬਿਲਕੁਲ ਸਹੀ ਆ, ਪਹਿਲੀਆਂ 3 ਤਾਂ ਸਹੀ ਹੋ ਗਈਆਂ। ਫਿਰ ਕਿਆ ਰਿਹਾ, 1/6 ਮੈਂਬਰ ਆਰ ਇਲੈਕਟਡ ਬਾਈ ਲੋਕਲ ਇੰਸਟੀਟਿਊਸ਼ਨਸ, ਕਹਿੰਦੇ ਜਿਹੜੇ ਲੋਕਲ ਬੋਡੀਜ਼ ਦੇ ਵਿੱਚੋਂ, ਜਿਵੇਂ ਆਪਾਂ ਲੋਕਲ ਬੋਡੀਜ਼ ਕਹਿੰਦੇ ਹੈਗੇ ਆ, ਆਪਣੀਆਂ ਪੰਚਾਇਤਾਂ ਹੋ ਗਈਆਂ, ਆਪਣੀਆਂ ਮਿਊਨਸੀਪੈਲਿਟੀਜ਼ ਹੋ ਗਈਆਂ, ਉਹਨਾਂ ਦੇ ਵਿੱਚੋਂ ਕਹਿੰਦਾ 1/6 ਮੈਂਬਰ ਲਏ ਜਾਂਦੇ ਆ। ਕੀ 1/6 ਮੈਂਬਰ ਲੈਂਦੇ ਹੁੰਦੇ ਆ? ਨਹੀਂ ਨਹੀਂ, ਕਿੰਨੇ ਮੈਂਬਰ ਲੈਂਦੇ ਹੁੰਦੇ ਆ? ਆਪਾਂ 1/3 ਮੈਂਬਰ ਲੈਂਦੇ ਹੁੰਦੇ ਆ, ਨਾ ਕਿ 1/6 ਲੈਂਦੇ ਆ। ਤਾਂ ਚੌਥੀ ਸਟੇਟਮੈਂਟ ਤਾਂ ਗਲਤ ਹੋ ਜੂਗੀ, 1, 2 and 3 ਰਹਿ ਜੂਗਾ। ਕਿੱਥੇ ਆ 1, 2 and 3? ਆ ਪਿਆ 1, 3 and 2। ਤਾਂ ਆਪਸ਼ਨ ਕੀ ਬਣ ਜੂਗਾ ਆਪਣਾ? ਬੀ ਬਣ ਜੂਗਾ। ਕੀ ਬਣ ਜੂਗਾ? ਆਪਸ਼ਨ ਬੀ, ਕਿਉਂਕਿ ਲੋਕਲ ਬੋਡੀਜ਼ ਦੇ ਵਿੱਚੋਂ ਆਪਾਂ ਕਿੰਨੇ ਮੈਂਬਰ ਲੈਣੇ ਹੁੰਦੇ ਆ? 1/3 ਲੈਣੇ ਹੁੰਦੇ ਆ। ਲੋਕਲ ਬੋਡੀਜ਼ ਜਾਣੀ ਕਿ ਪੰਚਾਇਤਾਂ ਅਤੇ ਮਿਊਨਸੀਪੈਲਿਟੀ ਦੇ ਵਿੱਚੋਂ ਕਿੰਨੇ ਮੈਂਬਰ ਆਉਂਦੇ ਹੁੰਦੇ ਆ? ਆਪਣੇ 1/3 ਆਉਂਦੇ ਹੁੰਦੇ ਆ। 1/6 ਤਾਂ ਆਪਣੇ ਗ੍ਰੈਜੂਏਟ ਵਿਅਕਤੀ ਆਉਂਦੇ ਹੁੰਦੇ ਆ, ਤਾਂ ਉਹ ਆਉਂਦੇ ਹੁੰਦੇ ਆ। ਠੀਕ ਹੈ ਭਾਈ ਆਪਣੇ? ਓਕੇ, ਡਨ, ਕਲੀਅਰ? ਚਲੋ, ਔਰ 1/6 ਹੀ ਨੋਮੀਨੇਟ ਕੌਣ ਕਰਦਾ ਹੁੰਦਾ? ਗਵਰਨਰ। ਇਹਦੀ ਇੱਕ ਕਨਸੈਪਟ ਆ ਬਣਦਾ ਹੁੰਦਾ, 5/6 ਮੈਂਬਰ ਕੀ ਹੁੰਦੇ ਆ? ਇਨਡਾਇਰੈਕਟਲੀ ਇਲੈਕਟ ਹੁੰਦੇ ਆ। 5/6 ਇਨਡਾਇਰੈਕਟਲੀ ਕੀ ਹੁੰਦੇ ਆ? ਇਲੈਕਟ ਹੁੰਦੇ ਆ। ਔਰ 1/6 ਗਵਰਨਰ ਕੀ ਕਰਦਾ ਹੁੰਦਾ? ਨੋਮੀਨੇਟ ਕਰਦਾ ਹੁੰਦਾ। ਜੇ ਪੁੱਛੇ ਕਿੰਨੇ ਇਲੈਕਟ ਹੁੰਦੇ ਆ, 5/6 ਨੋਮੀਨੇਟ ਕਿੰਨੇ ਹੁੰਦੇ ਆ? 1/6 ਨੋਮੀਨੇਟ ਹੁੰਦੇ ਆ। ਠੀਕ ਹੈ ਜੀ, ਕਲੀਅਰ? ਅਗਲਾ ਕੁਸ਼ਚਨ ਸੋਲਵ ਕਰੋ। ਸਟੇਟ ਲੈਜਿਸਲੇਟਿਵ ਅਸੈਂਬਲੀ ਕੈਨ ਪਾਰਟੀਸਪੇਟ ਇਨ ਦੀ ਇਲੈਕਸ਼ਨ ਆਫ ਵਿੱਚ ਆਫ ਦੀ ਫਾਲੋਇੰਗ, ਕਹਿੰਦੇ ਸਟੇਟ ਅਸੈਂਬਲੀ ਆ ਜਿਹੜੀ ਉਹ ਕਿਹਦੀਆਂ ਇਲੈਕਸ਼ਨ ਦੇ ਵਿੱਚ ਭਾਗ ਲੈਂਦੀ ਹੈਗੀ ਆ? ਠੀਕ ਹੈ ਜੀ, ਪਹਿਲਾ ਪ੍ਰੈਜੀਡੈਂਟ ਦੀ ਇਲੈਕਸ਼ਨ 'ਚ ਬਿਲਕੁਲ ਭਾਗ ਲੈਂਦੀ ਆ, ਆਪਾਂ ਪੜ੍ਹਿਆ ਹੋਇਆ ਜਦੋਂ ਆਪਾਂ ਪ੍ਰੈਜੀਡੈਂਟ ਦਾ ਟੋਪਿਕ ਪੜ੍ਹ ਕੇ ਅਸੀਂ, ਜਮ੍ਹਾਂ ਸਹੀ ਆ। ਫਿਰ ਕਹਿੰਦੇ ਵਾਈਸ ਪ੍ਰੈਜੀਡੈਂਟ ਦੀ ਇਲੈਕਸ਼ਨ 'ਚ, ਆਹ ਗੱਲ ਨਹੀਂ ਹਜ਼ਮ ਹੋਈ, ਕਿਉਂਕਿ ਵਾਈਸ ਪ੍ਰੈਜੀਡੈਂਟ ਦੀ ਇਲੈਕਸ਼ਨ ਦੇ ਵਿੱਚ ਤਾਂ ਸਿਰਫ ਕੌਣ ਲੈਂਦਾ ਹੁੰਦਾ? ਆਪਣੇ ਇਲੈਕਟਡ ਪਲੱਸ ਨੋਮੀਨੇਟਡ ਮੈਂਬਰ ਭਾਗ ਲੈਂਦੇ ਆ, ਕਿਹਦੇ? ਲੋਕ ਸਭਾ ਦੇ ਅਤੇ ਰਾਜ ਸਭਾ ਦੇ, ਹੋਰ ਕੋਈ ਵੀ ਭਾਗ ਨਹੀਂ ਲੈਂਦਾ ਹੈਗਾ। ਠੀਕ ਹੈ ਜੀ, ਫਿਰ ਮੈਂਬਰਸ ਆਫ ਰਾਜ ਸਭਾ, ਰਾਜ ਸਭਾ ਦੇ ਮੈਂਬਰ 'ਚ ਉਨੇ ਹੁੰਦੇ ਆ, ਜਾਣੀ ਕਿ ਰਾਜ ਸਭਾ ਦੀ ਇਲੈਕਸ਼ਨ 'ਚ ਵੀ ਭਾਗ ਲੈਂਦੇ ਆ, ਬਿਲਕੁਲ ਸਹੀ ਆ। ਫਿਰ ਕਹਿ ਰਿਹਾ, ਮੈਂਬਰਸ ਆਫ ਦੀ ਲੈਜਿਸਲੇਟਿਵ ਕੌਂਸਲਜ, ਰਾਜ ਵਿਧਾਨ ਸਭਾ ਇਹ ਲਿਖਿਆ ਵਿੱਚੋਂ ਕਿਸ ਦੀ ਚੋਣ ਵਿੱਚ ਹਿੱਸਾ ਲੈ ਸਕਦੀ ਹੈ? ਅੱਛਾ, ਇਹ ਐਂ ਪੁੱਛ ਰਿਹਾ ਕਿ ਸਟੇਟ ਲੈਜਿਸਲੇਟਿਵ ਅਸੈਂਬਲੀ ਕਿਹਦੀ ਇਲੈਕਸ਼ਨ ਦੇ ਵਿੱਚ ਭਾਗ ਲੈਂਦੀ ਹੈ, ਤਾਂ ਮੈਂਬਰ ਆਫ ਲੈਜਿਸਲੇਟਿਵ ਕੌਂਸਲ 'ਚ ਵੀ ਭਾਗ ਲਊਗੀ, ਮੈਂਬਰਸ ਆਫ ਰਾਜ ਸਭਾ ਜਦੋਂ ਰਾਜ ਸਭਾ ਦੇ ਮੈਂਬਰ ਚੁਣਨੇ ਆ ਉਹ 'ਚ ਵੀ ਭਾਗ ਲੈਂਦੀ ਹੈ, ਜਦੋਂ ਲੈਜਿਸਲੇਟਿਵ ਕੌਂਸਲ ਦੇ ਮੈਂਬਰ ਚੁਣਨੇ ਆ ਉਹ 'ਚ ਵੀ ਭਾਗ ਲੈਂਦੀ ਹੈਗੀ ਹੈ, ਤਾਂ ਆਪਣੇ ਪ੍ਰੈਜੀਡੈਂਟ 'ਚ ਤਾਂ ਭਾਗ ਲਊਗੀ, ਰਾਜ ਸਭਾ 'ਚ ਵੀ ਭਾਗ ਲਊਗੀ। ਪਹਿਲਾਂ ਲੱਭੋ 1 ਅਤੇ 3 ਕਿਹਦੇ ਕਿਹਦੇ 'ਚ ਹੈਗੇ ਆ? 1 ਤਾਂ 3 ਇੱਥੇ ਵੀ ਹੈਗੇ ਆ, ਠੀਕ ਹੈ,
ਇੱਕ ਅਤੇ ਤਿੰਨ, ਇੱਕ ਦੋ ਤਿੰਨ ਇੱਥੇ ਵੀ ਆ ਪਰ ਦੋ ਇੱਥੇ ਨਹੀਂ ਹੈਗਾ, ਠੀਕ ਹੈ, ਆਹ ਵੀ ਦੋ ਵਾਲਾ ਕੈਂਸਲ ਹੋ ਗਿਆ। ਇੱਕ ਤਿੰਨ ਚਾਰ ਆਹ ਦੇਖਦੇ ਹਾਂ, ਇਹਨਾਂ ਦੋਨਾਂ 'ਤੇ ਗੌਰ ਕਰਦੇ ਹਾਂ, ਠੀਕ ਹੈ ਜੀ। ਆਪਸ਼ਨ ਐਲੀਮੀਨੇਟ ਕਰਨੇ ਸਿਖਾ ਰਹੇ ਹਾਂ, ਜਿਵੇਂ 'ਚ ਦੋ ਆਪਾਂ ਕਿਹਾ ਕਿ ਦੋ ਤਾਂ ਆਉਂਦਾ ਹੀ ਨਹੀਂ ਕਿਉਂਕਿ ਵੀ ਪੀ ਦੀ ਇਲੈਕਸ਼ਨ 'ਚ ਇਹ ਭਾਗ ਹੀ ਨਹੀਂ ਲੈਂਦੇ, ਤਾਂ ਆਹ ਵੀ ਆਪਸ਼ਨ ਗਿਆ ਆਪਣਾ ਕੈਂਸਲ, ਆਹ ਵੀ ਆਪਸ਼ਨ ਗਈ ਆਪਣੀ, ਇਹ ਵੀ ਕੈਂਸਲ। ਹੁਣ ਪੰਗਾ ਪਿਆ ਇਹਦੇ 'ਚ 1, 3 & 4, 1 & 3, ਹੁਣ ਇਹਨੂੰ ਸਮਝ ਲੈਂਦੇ ਹਾਂ। ਇਹ ਕਹਿ ਰਿਹਾ ਮੈਂਬਰਸ ਆਫ ਲੈਜਿਸਲੇਟਿਵ ਕੌਂਸਲਸ, ਕਹਿੰਦੇ ਜਦੋਂ ਲੈਜਿਸਲੇਟਿਵ ਕੌਂਸਲ ਦੇ ਮੈਂਬਰ ਚੁਣਨੇ ਹੈਗੇ ਆ ਤਾਂ ਕੀ ਉਹਦੇ 'ਚ ਅਸੈਂਬਲੀ ਭਾਗ ਲੈਂਦੀ ਹੈਗੀ ਆ, ਤਾਂ ਹਾਂ ਆਪਾਂ ਕਹਾਂਗੇ ਭਾਗ ਲੈਂਦੀ ਹੈਗੀ ਆ। ਕੌਣ ਭਾਗ ਲੈਂਦੀ ਆ? ਆਪਣੀ ਅਸੈਂਬਲੀ ਭਾਗ ਲੈਂਦੀ ਆ। ਕਿਹਦੀ ਇਲੈਕਸ਼ਨ ਦੇ ਵਿੱਚ? ਲੈਜਿਸਲੇਟਿਵ ਕੌਂਸਲ ਦੀ ਇਲੈਕਸ਼ਨ ਦੇ ਵਿੱਚ, ਜਦੋਂ ਆਪਾਂ ਕੌਂਸਲ ਦੇ ਮੈਂਬਰ ਕੀ ਕਰਨੇ ਹੁੰਦੇ ਆ, ਇਲੈਕਟ ਕਰਾਉਣੇ ਹੁੰਦੇ ਆ, ਜਾਂ ਆਪਾਂ ਕਹਿ ਲਈਏ ਇਨਡਾਇਰੈਕਟਲੀ ਇਲੈਕਸ਼ਨ ਕਰਾਉਣੀਆਂ ਹੁੰਦੀਆਂ ਨੇ, ਠੀਕ ਹੈ ਜੀ। ਓਕੇ ਡਨ, ਤਾਂ ਆਨਸਰ ਕੀ ਬਣ ਜੂਗਾ? 1, 3 & 4 ਬਣ ਜੂਗਾ ਆਪਣਾ, 2 ਜਾਣਾ ਆਪਣਾ ਕੀ ਹੋ ਜੂਗਾ? ਆਟੋਮੈਟਿਕਲੀ ਕੈਂਸਲ ਹੋ ਜੂਗਾ। ਓਕੇ ਭਾਈ ਡਨ, ਫਿਰ ਵੀ ਕਿਸੇ ਦਾ ਕੋਈ ਡਾਊਟ ਹੋਇਆ ਤਾਂ ਨੀਚੇ ਪਿੰਨ ਕਰ ਦਿਓ, ਕੋਈ ਚੱਕਰ ਨਹੀਂ ਆ। ਚਲੋ ਜੀ, ਬਸ ਆਪਣੇ ਇਹੀ ਕੁਸ਼ਚਨ ਸੀਗੇ ਅੱਜ ਦੇ, 12 ਹੀ ਕੁਸ਼ਚਨ ਸੀਗੇ। ਛੋਟਾ ਜਿਹਾ ਟੋਪਿਕ ਆ ਸਟੇਟ ਲੈਜਿਸਲੇਚਰ ਦਾ, ਬਟ ਇੰਪੋਰਟੈਂਟ ਹੈ। ਇਹਦੇ ਕੁਛ ਕੁ ਆਰਟੀਕਲ ਰਹਿ ਗਏ ਯਾਰ, ਜਿਹੜੇ ਮੈਂ ਸ਼ਾਇਦ ਕੁਸ਼ਚਨ ਪਾਉਣਾ ਭੁੱਲ ਗਿਆ। ਦੇਖੋ ਇਹਦੇ ਕੁਛ ਕੁ ਆਰਟੀਕਲਸ ਨੇ ਜਿਹੜੇ ਮੈਂ ਪੜ੍ਹਾ ਦੇਣਾ, 4 ਤਾਂ ਆਪਾਂ ਪਹਿਲਾਂ ਹੀ ਪੜ੍ਹ ਲਏ, 168, 169, 70, 71 ਪੜ੍ਹ ਲਏ। ਇੱਕ ਆਰਟੀਕਲ 198 ਹੁੰਦਾ ਜਿਹੜਾ ਇਹਦੇ ਬੋਲਦਾ ਹੈਗਾ ਸਟੇਟ ਮਨੀ ਬਿੱਲ ਦੇ ਪ੍ਰੋਸੈਸ ਬਾਰੇ, ਕਿ ਕਿੱਥੇ ਜਾਊਗਾ, ਹਮੇਸ਼ਾ ਅਸੈਂਬਲੀ 'ਚ ਜਾਊਗਾ, ਉਹਦੇ ਪ੍ਰੋਸੈਸ ਬਾਰੇ। 199 ਵੀ ਯਾਦ ਰੱਖਣਾ ਆਪਾਂ, 199, ਇਹ ਕਿਹਦੇ ਬਾਰੇ ਗੱਲ ਕਰਦਾ? ਇਹ ਸਟੇਟ ਮਨੀ ਬਿੱਲ ਬਾਰੇ ਗੱਲ ਕਰਦਾ, ਸਟੇਟ ਮਨੀ ਬਿੱਲ ਬਾਰੇ, ਸਟੇਟ ਮਨੀ ਬਿੱਲ ਬਾਰੇ। ਇੱਕ ਆਰਟੀਕਲ 200 ਯਾਦ ਰੱਖਣਾ, ਇਹ ਗਵਰਨਰ ਦੀ ਅਸੈਸਡ ਪਾਵਰ ਬਾਰੇ ਗੱਲ ਕਰਦਾ, ਕਿ ਰਾਜ ਜਿਹੜੇ ਆਪਣੀ ਰਾਜ ਵਿਧਾਨ ਸਭਾ ਨੇ ਬਿੱਲ ਨੂੰ ਪਾਸ ਕਰਤਾ, ਪਰਿਸ਼ਦ ਨੇ ਪਾਸ ਕਰਤਾ, ਗਵਰਨਰ ਸਾਈਨ ਕਰੂਗਾ। ਇੱਕ ਆਰਟੀਕਲ 201 ਯਾਦ ਰੱਖਣਾ, ਕਿ ਜਿਹੜਾ ਪ੍ਰੈਜ਼ੀਡੈਂਟ ਵਾਸਤੇ ਜਿਹੜਾ ਬਿੱਲ ਨੂੰ ਕੀ ਰੱਖਿਆ ਜਾਂਦਾ ਹੁੰਦਾ? ਰਿਜ਼ਰਵ ਰੱਖਿਆ ਜਾਂਦਾ ਹੁੰਦਾ, ਕਿ ਗਵਰਨਰ ਕਿਸੇ ਬਿੱਲ ਨੂੰ ਰਿਜ਼ਰਵ ਰੱਖ ਸਕਦਾ ਹੁੰਦਾ ਪ੍ਰੈਜ਼ੀਡੈਂਟ ਦੀ ਸਲਾਹ ਵਾਸਤੇ। ਉਹ ਕਿਹੜੇ ਆਰਟੀਕਲ 'ਚ? ਆਰਟੀਕਲ 102 'ਚ, 201 'ਚ, ਸੋਰੀ 201। ਇੱਕ ਆਰਟੀਕਲ ਆ 202, ਜਿਵੇਂ ਆਪਾਂ ਸੈਂਟਰ ਦਾ ਬਜਟ ਪੜ੍ਹਦੇ ਹੁੰਦੇ ਹਾਂ, ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਆਰਟੀਕਲ 112 'ਚ, ਉਵੇਂ ਹੀ ਸਟੇਟ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਕਿਹੜੇ ਆਰਟੀਕਲ 'ਚ ਹੈਗੀ ਆ? ਸਟੇਟ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਆਰਟੀਕਲ 202 'ਚ, ਠੀਕ ਹੈ ਜੀ। ਓਕੇ ਡਨ, ਤਾਂ ਇਹ ਟੋਪਿਕ ਇੰਨਾ ਹੀ ਹੈ, ਇੰਪੋਰਟੈਂਟ ਹੈਗਾ। ਕੁਸ਼ਚਨ ਜ਼ਰੂਰ ਆ ਜਾਂਦੇ ਹੁੰਦੇ ਆ ਪੇਪਰ ਦੇ ਵਿੱਚ, ਜ਼ਿਆਦਾਤਰ ਆਰਟੀਕਲ 169 'ਤੇ ਆਉਂਦੇ ਹੁੰਦੇ ਆ ਮੋਸਟਲੀ ਕੁਸ਼ਚਨ ਇਹਦੇ। ਓਕੇ ਭਾਈ ਡਨ, ਕਲੀਅਰ? ਚਲੋ ਤਾਂ ਮਿਲਦੇ ਹਾਂ ਨੈਕਸਟ ਸੈਸ਼ਨ ਦੇ ਵਿੱਚ। ਥੈਂਕ ਯੂ ਟੂ ਆਲ ਆਫ ਯੂ, ਲਾਈਕ ਸ਼ੇਅਰ ਕਰਦਿਆ ਕਰੋ ਯਾਰ, ਠੀਕ ਹੈ। ਚਲੋ ਮਿਲਦੇ ਹਾਂ ਅਗਲੀ ਕਲਾਸ 'ਚ।